ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਇਸ਼ਟ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲਾ ਚਰਨ ਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨੱਧ ਵੱਧ ਧਰ ਧਿਆਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਰਮਨ ਬੜੇ ਸ੍ਰੇਸ਼ਟ ਆ, ਉਹਨਾਂ ਦਾ ਸਨੱਧ ਵੱਧ ਆਵੈਨ ਸ਼ਸਤਰਾਂ ਵਸਤਰਾਂ ਤਿਆਰ ਹੋਇਆ ਤਿਆਰ ਆ, ਉਹਨਾਂ ਦੇ ਸਰੂਪ ਦਾ ਧਿਆਨ ਕਰਕੇ ਬੰਦ ਦੋ ਕਰ ਬੰਧਨ ਸੁੰਦਰ ਦੁੱਤ ਮਦ ਨਾਨ। ਭਾਈ ਸਾਹਿਬ ਕਹਿੰਦੇ ਆ ਕਿ ਉਹਨਾਂ ਦਾ ਧਿਆਨ ਕਰਕੇ ਉਹਨਾਂ ਦੇ ਸਰੂਪ ਦੇ ਸਾਹਮਣੇ ਸੁੰਦਰਤਾ ਜਿਹੜੀ ਹੈ, ਸੁੰਦਰਤਾ ਦਾ ਜੋ ਪ੍ਰਭਾਵ ਆ ਮਦ ਨਹੀਂ ਭਾਵ ਹੰਕਾਰ ਨਹੀਂ ਰਹਿੰਦਾ। ਉਹਨਾਂ ਦੀ ਇੰਨੀ ਮਹਾਨ ਸੁੰਦਰਤਾ, ਜੇ ਕੋਈ ਆਪਣੇ ਆਪ ਨੂੰ ਸੁੰਦਰ ਸਮਝਦਾ ਤਾਂ ਉਹਨੂੰ ਅਹੰਕਾਰ ਨਹੀਂ ਰਹਿੰਦਾ। ਐਸੇ ਸਤਿਗੁਰਾਂ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਸਰੀਰਕ ਸੁੰਦਰਤਾ ਉਹ ਸਤੋ ਗੁਣੀ ਹੈ, ਮਨ ਨੂੰ ਸ਼ਾਂਤ ਕਰਨ ਵਾਲੀ ਰੂਹਾਨੀਅਤ ਦੇ ਨਾਲ ਭਰਪੂਰ ਹੈ। ਦੋ ਕਰਮੇ ਨੇ ਦੋਵੇਂ ਹੱਥ ਜੋੜ ਕੇ, ਦੁੱਤ ਮੈਨੇ ਕ੍ਰਾਂਤੀ ਹੈ, ਸੁੰਦਰਤਾ ਆ, ਆਭਾ ਜਿਹੜਾ ਹੁੰਦਾ ਤੇਜ ਤਪ ਪ੍ਰਕਾਸ਼ ਹੈ, ਮਦ ਨਾਨ ਜਿਹੜਾ ਮਦ ਹੰਕਾਰ ਹੀ ਨਹੀਂ ਰਹਿੰਦਾ, ਮਦ ਨਾਨ ਅਥਵਾ ਜਿਹੜੇ ਵਿਕਾਰ ਵਕੂਰ ਆ ਉਹ ਵੀ ਨਹੀਂ ਰਹਿੰਦੇ, ਅਤੇ ਜਿਹੜਾ ਮਦਨ ਦੇਵਤਾ ਉਹ ਵੀ ਉਹਨਾਂ ਦੀ ਸੁੰਦਰਤਾ ਨੂੰ ਨਹੀਂ ਪਹੁੰਚ ਸਕਦਾ। ਅਮਲ ਕਮਲ ਜੈਸੇ ਕੈਸੇ ਕਹੂੰ ਪਦ ਯੁਗ, ਰਜਨੀ ਮਿਆਨ ਦਾ ਤਹੋਤ ਜਿਨ ਥਾਨ ਹੈ। ਤੁਹਾਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦੋਨੋਂ ਜਿਹੜੇ ਪਵਿੱਤਰ ਚਰਨ ਚਰਨ ਕਮਲਾਂ ਨੂੰ ਕਿਸ ਤਰ੍ਹਾਂ ਕਹਾਂ ਕਿ ਜਿਨ੍ਹਾਂ ਕਮਲਾਂ ਨੂੰ ਰਾਤ ਵੇਲੇ ਉਲਟ ਗਤੀ ਵਾਲੀ ਬਾਣ ਆਦਤ ਆ, ਰਜਨੀ ਮੈਨੂੰ ਰਾਤ ਆਉਣ ਗਤ ਮੈਨੂੰ ਹੋਰ ਗਤ ਉਲਟ ਗਤੀ, ਦਿਨ ਵੇਲੇ ਉਹ ਖਿੜਦਾ ਆ, ਰਾਤ ਨੂੰ ਉਲਟ ਗਤੀ ਕੀ ਹੈ ਅਤੇ ਉਹ ਫਿਰ ਮਿਟਿਆ ਜਾਂਦਾ ਆ। ਪਰ ਸਤਿਗੁਰਾਂ ਦੇ ਜਿਹੜੇ ਚਰਨ ਕਮਲ ਆ, ਅਮਲ ਕਮਲ, ਅਮਲ ਮੈਨੂੰ ਮੈਲ ਤੋਰਿਆ ਅਤੇ ਨਿਰਮਲ ਪਵਿੱਤਰ ਆ, ਕੈਸੇ ਉਹਨਾਂ ਦੇ ਯੋਗ ਪਦ ਦੋਨੋਂ ਚਰਨ ਕਮਲ ਆ, ਅਤੇ ਜਿਹੜਾ ਦੂਆ ਕਮਲ ਆ ਰਜਨੀ ਮਿਆਨ ਗੱਤ ਹੋ ਅਤੇ ਜਿਹਨੂੰ ਬਾਣ ਉਹਦੀ ਬਾਣ ਆਤੇ ਆ, ਰਾਤ ਨੂੰ ਉਹਦੀ ਹੋਰ ਗਤੀ ਹੋ ਜਾਂਦੀ ਹੈ। ਗਿਆਨੀਆਂ ਸੰਤਾਨ ਕੇ ਸਮਾਨ ਬਣ ਅਨਬਨ, ਦਾਨੀ ਮਨ ਕਾਮਨਾ ਨੇ ਦਾਨੀ ਮੋਹ ਗਿਆਨ ਹੈ। ਜੇ ਕਹਿੰਦੇ ਚਰਨ ਕਮਲ ਸੰਤਾਨ ਮੈਨੇ ਕਲਪ ਵਿਰਸ਼ ਦੇ ਬਰਾਬਰ ਜਾਣੀ ਹੈ, ਇਹ ਵੀ ਗੱਲ ਅਨਬਨ ਬਣਦੀ ਹੈ। ਦਾਨੀ ਮਨ ਕਾਮਨਾ ਦਾਨੀ ਮੋਹ ਗਿਆਨ ਹੈ, ਕਿਉਂ ਮਨ ਦੀਆਂ ਕਾਮਨਾਵਾਂ ਦੇਣ ਵਾਲਾ ਗਿਆਨ ਮੁਕਤੀ ਨਹੀਂ ਦੇ ਸਕਦਾ, ਪਰ ਸਤਿਗੁਰਾਂ ਦੇ ਜਿਹੜੇ ਚਰਨਾਂ ਦੇ ਵਿੱਚ ਆਉਂਦਾ ਆ ਉਹ ਗਿਆਨ ਵੀ ਦਿੰਦੇ ਆ, ਉਹ ਮੁਕਤੀ ਵੀ ਦਿੰਦੇ ਆ। ਇਸ ਵਾਸਤੇ ਉਹ ਗਿਆਨ ਅਤੇ ਮੁਕਤੀ ਨੂੰ ਦੇਣ ਵਾਲੇ ਆ। ਦਾਨੀ ਮਨ ਕਾਮਨਾ ਨੂੰ ਦਾਨੀ ਮੋਹ ਗਿਆਨ ਹੈ, ਉਹ ਮਨ ਕਾਮਨਾ ਤਾਂ ਦਿੰਦ ਕਰਦਾ ਕਹਿੰਦੇ ਪੂਰੀਆਂ ਦੁਨੀਆਂ ਵੀ, ਅਤੇ ਮੁਕਤੀ ਦੇ ਗਿਆਨ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਦੇ ਚਰਨ ਕਮਲ ਵਿਸ਼ੇਸ਼, ਚਿੰਤਾ ਮਨ ਜੈਸੇ ਨੱਖ ਪਾਖੇ ਨੂੰ ਪਰਤ ਮੁੱਖ, ਮੋਹ ਨੂੰ ਮਟਾਵੇ ਦੁੱਖ ਜਾਨ ਅਤੇ ਜਹਾਨ ਹੈ। ਚਿੰਤਾਮਣੀ ਅਰਗ ਜੇ ਕਹੀਏ ਇਹ ਵੀ ਨਹੀਂ ਕਿਹਾ ਮੂੰਹ ਤੋਂ ਕਹੇ ਜਾਂਦੇ, ਕਿਉਂਕਿ ਚਿੰਤਾਮਣੀ ਜਿਹੜੀ ਹੈ ਇਹ ਮੋਹ ਮਮਤਾ ਦਾ ਦੁੱਖ ਜਿਹੜਾ ਇਹਨੂੰ ਨਹੀਂ ਦੂਰ ਕਰਦੀ। ਇਸ ਗੱਲ ਨੂੰ ਸਾਰਾ ਸੰਸਾਰ ਜਾਣਦਾ, ਇਹ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹੈ। ਚਿੰਤਾਮਣੀ ਜੈਸੇ ਨੱਖ ਪਾਖੇ ਨੂੰ ਪਰਤ ਮੁੱਖ, ਸਤਿਗੁਰਾਂ ਦੇ ਜਿਹੜੇ ਚਰਨ ਆ ਨੱਖ ਪਾਖੇ ਨੂੰ ਪਰਤ ਮੁੱਖ, ਇਸ ਵਾਸਤੇ ਕਹਿੰਦੇ ਆ ਕਿ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਨਹੁੰ ਆ ਉਹ ਚਿੰਤਾਮਣੀ ਵਰਗੇ ਮੁੱਖ ਪਾਖੇ ਮੂੰਹ ਤੋਂ ਕਹਿ ਨਹੀਂ ਜਾਂਦੇ, ਕਿਉਂ ਚਿੰਤਾਮਣੀ ਮੋਹ ਦਾ ਦੁੱਖ ਦੂਰ ਨਹੀਂ ਕਰਦੀ। ਜਾਗ ਜਾਣ ਅਤੇ ਜਾਣ ਸਾਰਾ ਸੰਸਾਰ ਇਸ ਗੱਲ ਨੂੰ ਜਾਣਦਾ ਹੈ। ਹਾਂਜੀ,
ਭਾਖੇ ਨਾ ਪਰਤ ਮੁੱਖ ਮੂੰਹ ਤੋਂ ਪਰਤ ਕੇ ਕਹੇ ਨਹੀਂ ਜਾਂਦੇ ਹਨ। ਸ਼੍ਰੀ ਗੁਰੂ ਹਰਗੋਬਿੰਦ ਪਦ ਆਨੰਦ ਕੇ ਕੰਧ ਜੋ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਜਿਹੜੇ ਆਨੰਦ ਨੂੰ ਦੇਣ ਵਾਲੇ ਆ, ਹਾਂਜੀ ਉਹ ਕਹਿੰਦੇ ਆਪੇ ਉਪਮੇਆ ਉਨਾਰਗੀ, ਉਪਮਾ ਹੋਰ ਨਹੀਂ ਦਿੱਤੀ ਜਾਂਦੀ। ਹੁਣ ਆਪੇ ਉਪਮਾਨ, ਆਪੇ ਉਪਮਾਨ ਰੂਪੀ ਆਪੇ ਹੀ ਆ, ਕਿਉਂ ਜਿਹਦੀ ਉਪਮਾ ਦੇਈਏ ਉਪਮਾਨ ਕਹਿੰਦੇ, ਉਪਮੇ ਜਿਹਨੂੰ ਉਪਮਾ ਦੇਈਏ ਉਪਮਾਨ ਜਿਹਦੀ ਉਪਮਾ ਦੇਈਏ, ਹਾਂਜੀ ਕਹਿੰਦੇ ਜਿਸ ਤਰ੍ਹਾਂ ਕਮਲ ਉਪਮਾਨ ਆ ਅਤੇ ਚਰਨ ਜਿਹੜੇ ਉਪਮੇ ਆ। ਇਸ ਵਾਸਤੇ ਕਵੀ ਕਹਿੰਦੇ ਆ ਕਿ ਉਹ ਆਪੇ ਉਪਮੇਅ ਰੂਪ ਆਪੇ ਉਪਮਾਨ ਰੂਪ ਆ, ਆਪਣੇ ਵਰਗੇ ਉਹ ਆਪੇ ਆ, ਉਹਨਾਂ ਵਰਗਾ ਹੋਰ ਕੋਈ ਨਹੀਂ ਜਿਹੜਾ ਧਿਆਨ ਕਰਦਾ। ਮੋਹ ਦਾ ਜਿਹੜਾ ਤਾਪ ਹੈ ਉਹ ਤੋਂ ਠੰਡ ਦਿੰਦੇ ਆ। ਇਸ਼ਟ ਗੁਰੂ ਸ਼੍ਰੀ ਗੁਰੂ ਹਰਿਰਾਇ ਜੀ ਦਾ ਮੰਗਲ ਦੋਹਰਾ। ਸ਼੍ਰੀ ਸਤਿਗੁਰੂ ਹਰਿਰਾਇ ਕੇ ਨਾਏ ਧਿਆਏ ਅਗ ਜਾਏ, ਕਰ ਪਦ ਪਰ ਪ੍ਰਣਾਮ ਕੋ ਜਿਸ ਤੇ ਨਿਧ ਸਿਧ ਆਏ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਦੇ ਨਾਏ ਨਾਮ ਜਿਹੜਾ ਧਿਆਏ ਧਿਆਨ ਕਰਨੇ ਨਾਲ ਅਗ ਭਾਵ ਚੱਲ ਜਾਂਦੇ ਆ। ਕਰ ਪਦ ਪਰ ਪ੍ਰਣਾਮ ਕੋ, ਉਹਨਾਂ ਚਰਨ ਕਮਲਾਂ 'ਤੇ ਪ੍ਰਣਾਮ ਕਰਦੇ ਹਾਂ ਜੇ ਤੇ ਨਿਧ ਸਿੱਧ ਆਏ, ਹਾਂਜੀ ਜੇ ਤੋਂ ਨਿਧੀਆਂ ਸਿੱਧੀਆਂ ਆ ਜਾਂਦੀਆਂ। ਅਗ ਮੈਨੇ ਪਾਪ ਪਰ ਮੈਨੇ ਪਰੇ ਸ੍ਰੇਸ਼ਟ, ਸ੍ਰੇਸ਼ਠ ਜਿਹੜਾ ਚਰਨਾਂ ਦਾ ਵਿਸ਼ੇਸ਼ਣ ਹੈ, ਹਾਂਜੀ ਭਾਵ ਉਹਨਾਂ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਹਨ, ਉਹਨਾਂ ਦੇ ਚਰਨਾਂ ਦਾ ਧਿਆਨ ਕਰਨਾ, ਹਾਂਜੀ ਪ੍ਰਣਾਮ ਮੱਥਾ ਟੇਕਣਾ ਨਮਸਕਾਰ ਕਰਨਾ। ਨਿਧ ਸਿੰਘ ਨੌ ਨਿਧੀਆਂ 18 ਸਿੱਧੀਆਂ, ਭਾਵ ਕੀ ਹੈ ਸਾਰੇ ਸੁੱਖ ਸਾਰੀਆਂ ਤਾਕਤਾਂ ਆ ਜਾਂਦੀਆਂ। ਨਿਧਾਂ ਹੈਗੀਆਂ ਪਦਮਿਆਂ ਮਹਾਂਪਦਮਿਆਂ, ਸੰਖਿਆ ਬਕਰਿਆ ਕਲਪਿਆ ਮੁਕੰਦਿਆ ਕੁੰਦਿਆ ਨੀਲਿਆ ਵਰਚਿਆ, ਇਹ ਨੌ ਨਿਧਾਂ ਆ, ਪਦਮ ਮਹਾਂਪਦਮ ਸ਼ੰਖ ਮਕਰ ਕਛਪ ਮੁਕੰਦ ਕੁੰਦ ਨੀਲ ਅਤੇ ਵਰਚ, ਇਹ ਨੌ ਨਿਧਾਂ ਹੈਗੀਆਂ। 18 ਸਿੱਧੀਆਂ ਕਿਹੜੀਆਂ? ਅਣਮਾ ਬਹੁਤ ਸੂਖਮ ਹੋ ਜਾਣਾ, ਮਹਿਮਾ ਬਹੁਤ ਭਾਰਾ, ਲਗਮਾ ਛੋਟੇ ਹੋਣਾ, ਪ੍ਰਾਪਤੀ ਪਰ ਕਾਮ ਸਤਾ ਸਿੱਧੀ ਬਸਤਾ ਗਰਮ ਅਨੂਪੀ ਦੂਰ ਸ਼ਰਵਣ ਦੂਰ ਦਰਸ਼ਨ ਮਨੋ ਵੇਗ ਕਾਮ ਰੂਪ ਪਰ ਕਾਏ ਪ੍ਰਵੇਸ਼ ਸਵੈ ਛੰਦ ਮ੍ਰਿਤੂ ਸੁਰ ਕ੍ਰੀੜਾ ਦਰਸ਼ਨ ਸੰਕਲਪ ਅਪਰ ਹੱਤ ਗਤ, ਇਹ 18 ਸਿੱਧੀਆਂ ਦੇ ਨਾਂ ਆ। ਲਿਖ ਲਿਆ ਫਿਰ ਸੁਤਾਇਆ ਕਰਦਾ ਕੀ ਹੈ, ਉਵੇਂ ਲਕੀਰਾਂ 'ਚ ਰੀਟਾਂ ਪਾਈ ਜਾਂਦਾ, ਧਿਆਨ ਉੱਧਰ ਹੈ ਨਹੀਂ ਵਿੱਚ, ਹੈ ਅਣਮਾ ਮਹਿਮਾ ਲਗਮਾ ਪ੍ਰਾਪਤੀ ਪਰ ਕਾਮ ਸਤਾ ਸਿੱਧੀ ਬਸਤਾ ਗਰਮਾ ਅਨੂਪੀ ਦੂਰ ਸ਼ਰਵਣ ਦੂਰ ਦਰਸ਼ਨ ਮਨੋ ਵੇਗ ਕਾਮ ਰੂਪ ਪਰ ਕਾਏ ਪ੍ਰਵੇਸ਼ ਸਵੈ ਛੰਦ ਮ੍ਰਿਤੂ ਸੁਰ ਕ੍ਰੀੜਾ ਦਰਸ਼ਨ ਸੰਕਲਪ ਅਪਰਹਤ ਗਤ, ਇਹ 18 ਸਿੱਧੀਆਂ ਆ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਨੂੰ ਧਿਆਉਣ ਨਾਲ ਪਾਪ ਨੱਸ ਜਾਂਦੇ ਆ, ਇਸ ਵਾਸਤੇ ਮੇਰੇ ਮਨ 'ਚ ਹਾਂਜੀ ਇਹ ਸ਼ਰਧਾ ਭਗਤੀ ਪੈਦਾ ਹੋਵੇ, ਉਹਨਾਂ ਦੇ ਸ੍ਰੇਸ਼ਟ ਚਰਨ ਨੂੰ ਨਮਸਕਾਰ ਕਰਦੇ ਹਾਂ ਜੀ ਤੋਂ ਇੰਨੀ ਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਸੋਈਆ ਪੰਕ ਵੇਖੇ ਵਸਦਾ ਰਸ ਮੈਂ ਰਸ ਊਰ ਦੁਖੋ ਨਿਸਰਾ ਸਰ ਸੇਰੋ, ਜਿਹੜਾ ਕਮਲ ਆ ਉਹ ਤਾਂ ਕਹਿੰਦੇ ਪੰਕ ਵੇਖੇ ਵਸਦਾ ਚਿੱਕੜ 'ਚ ਵਸਦਾ ਆ, ਰਸ ਮੈਂ ਰਸ ਫਿਰ ਰਸ ਜਲ, ਹਾਂਜੀ ਅਤੇ ਜਿਹੜਾ ਜਲ ਆ ਉਹਦੇ 'ਚੋਂ ਰਸ ਊਰਧ ਕੋ ਨਿਸਰਾ ਸਰ ਸੇਰੋ, ਫਿਰ ਕੀ ਹੁੰਦਾ ਊਰਧ ਕੋ ਉੱਪਰ ਨੂੰ, ਨਿਸਰਾ ਮੈਨੂੰ ਨਿਸਰਦਾ ਆ, ਸਰ ਸੇਰੋ ਮੈਨੇ ਕਮਲ ਜਿਹੜਾ, ਸਰਸੀ ਨਾਮ ਤਲਾ ਦਾ ਵੀ ਹੈ, ਰੂਹ ਦਾ ਮਤ ਨੂੰ ਜਿਹੜੀ ਉੱਗੇ ਸਰਸੀ ਰੂਹ ਜਿਹੜੀ ਹੈ ਉਹ ਤਲਾਬ 'ਚੋਂ ਉੱਗਦੀ ਹੈ, ਕੀ ਆ ਭਾਵ ਜਿਹੜਾ ਕਮਲ ਆ ਉਹ ਤਲਾਅ ਦੇ ਵਿੱਚੋਂ ਉੱਪਰ ਨੂੰ ਉੱਗਦਾ ਹੈ,
ਗਰੀਬ ਲੋ ਨੀਰ ਮੈਂ ਧੀਰ ਤਰੇ ਇੱਕ ਪੈਰ ਖਰੋ ਥਿਰ ਹੋਵੈ ਰੱਬ ਹੇਰੋ। ਫਿਰ ਕਹਿੰਦੇ ਜਿਹੜਾ ਉਹ ਜਿਹੜਾ ਕਬਲ ਹੈ, ਗਰੀਬ ਲੋ ਨੀਰ ਮੈਂ ਧੀਰ ਤਰੇ, ਗਰੀਬ ਮੈਨੇ ਗੀਚੀ ਤੱਕ ਪਾਣੀ ਵਿੱਚ ਧੀਰਜ ਨੂੰ ਧਾਰ ਕੇ ਇੱਕ ਪੈਰ ਖਰੋ ਇੱਕ ਪੈਰ ਖੜਾ ਥਿਰ ਹੈ ਰੱਬ ਹੇਰੋ। ਇੱਕ ਪੈਰ ਖਲੋ ਕੇ ਰੱਬ ਹੇਰੋ ਸੂਰਜ ਨੂੰ ਦੇਖਦਾ ਇੱਕ ਟਕਟਕੀ ਬੰਨ ਕੇ ਤੱਕ ਰਿਹਾ, ਤੂੰ ਸੂਰਜ ਚੜ੍ਹੇਗਾ ਤੂੰ ਖਿੜੇਗਾ। ਆਤਪ ਸੀਤ ਸਹਿ ਵਰਖਾ ਤਪ ਸਾਧ ਤੇ ਜਾਵੇ ਤੇ ਕਰੂਰ ਕਨੇਰੋ। ਫਿਰ ਉਹ ਆਤਪ ਧੁੱਪ ਜਿਹੜੀ ਸੀਤ ਠੰਡੀ ਸਹਿੰਦਾ ਹੈ, ਵਰਖਾ ਵੀ ਤਪ ਸਾਧ ਬੜਾ ਤਪ ਸਾਧ ਜਾਵੇ ਤੇ ਕਰੂਰ ਕਨੇਰੋ। ਹਾਂਜੀ, ਪਰ ਜੇ ਚਾਹੀਏ ਹੁਣ ਐਸੇ ਬਥੇਰੇ ਉਪਾਅ ਕੀਤੇ, ਬੜੇ ਸੰਕਟ ਸਹੇ ਹੈ। ਹਾਂਜੀ, ਅਤੇ ਸਿਰ ਦੇ ਉੱਤੇ ਗਰਮੀ ਵੀ, ਪਾਲਾ ਵੀ, ਵਰਖਾ ਵੀ, ਬਹੁਤ ਤਰ੍ਹਾਂ ਕਰੜਾ ਤਪ ਸਾਧ ਦਾ, ਇਸ ਤਰ੍ਹਾਂ ਦੇ ਬੜੇ ਹਾਂਜੀ ਘਨੇਰੇ ਕਣੇ ਤਪ ਸਾਧੇ। ਸ਼੍ਰੀ ਰਾਏ ਹੋ ਪਾਏ ਸਮਾਨ ਤਾਂ ਪਾਏ ਨਾ ਕਾਂਜੋ ਪਾਏ ਬਥੇਰੋ ਲੇਵਨ। ਪਰ ਚਾਹੇ ਕਹਿੰਦੇ ਹੁਣ ਕਿੰਨੇ ਇਸ ਤਰ੍ਹਾਂ ਦੇ ਉਪਾਅ ਕੀਤੇ ਆ, ਫਿਰ ਵੀ ਤੁਹਾਨੂੰ ਸ਼੍ਰੀ ਗੁਰੂ ਹਰਿ ਸਾਹਿਬ ਚਰਨਾਂ ਦੀ ਬਰਾਬਰੀ ਨਹੀਂ ਪਾ ਸਕਿਆ। ਸ਼੍ਰੀ ਰਾਏ ਕੇ ਪਾਏ ਸਮਾਨਤਾ ਪਾਏ ਨਾ, ਉਹਨਾਂ ਦੇ ਚਰਨਾਂ ਦੀ ਸਮਾਨਤਾ ਨਹੀਂ ਪਾ ਸਕ ਕੰਜ ਪਾਏ ਬਥੇਰੋ। ਉਹ ਕੰਜ ਕਬਲ ਨੇ ਉਪਾਅ ਤਾਂ ਬੜੇ ਕੀਤੇ, ਪਰ ਮਹਾਰਾਜ ਦੇ ਚਰਨਾਂ ਦੀ ਬਰਾਬਰੀ ਨਹੀਂ ਪਾ ਸਕਿਆ, ਕਿਉਂਕਿ ਮਹਾਰਾਜ ਦੇ ਚਰਨ ਜਿਹੜੇ ਹੈ ਉਹ ਮੁਕਤੀ ਦਾਤੇ ਹੈ। ਇਸ਼ਟ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਮੰਗਲ ਦੁਆਰਾ ਦਰਸ਼ਨ ਸ਼੍ਰੀ ਹਰਿਕ੍ਰਿਸ਼ਨ ਕੋ ਨਿਪੁੰਨ ਹਰਨ ਜੁੜ ਤੀਨ ਚਰਨ ਮਨੋਹਰ ਬੰਦਨਾ ਜਿਨ ਸਿੱਖਣ ਸੁੱਖ ਕੀਨ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਆ, ਉਹ ਤਿੰਨਾਂ ਤਾਪਾਂ ਨੂੰ ਦੂਰ ਕਰਨ ਲਈ ਨਿਪੁੰਨ ਬੜੇ ਪ੍ਰਵੀਨ ਹੈ। ਹਰਨ ਜੁੜ ਤੀਨ, ਜਿਹੜਾ ਤਿੰਨ ਤਰ੍ਹਾਂ ਦਾ ਜੁੜ ਤਾਪ ਆ ਉਹਨੂੰ ਦੂਰ ਕਰਨ ਵਾਲੇ ਆ। ਚਰਨ ਮਨੋਹਰ ਬੰਦਨਾ ਜਿਨ ਸਿੱਖਣ ਸੁੱਖ ਦੀਨ, ਉਹਨਾਂ ਦੇ ਚਰਨ ਕਮਲਾਂ ਉੱਤੇ ਬੰਦਨਾ ਨਮਸਕਾਰ ਆ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਬੜੇ ਸੁੱਖ ਦਿੱਤੇ ਆ। ਘੋੜੇ ਵੀ ਆ ਗਏ ਅਤੇ ਮਾਰ ਨੇ ਆਪਣਾ ਰੁਮਾਲ ਦੇ ਦਿੱਤਾ, ਉਹ ਸਰੀਰ 'ਤੇ ਫੇਰਨ ਨੇ ਹੋਰ ਦੂਰ ਹੋ ਗਿਆ। ਜਿਹੜੇ ਛੇਦੋ ਚੀਰਾ ਗੁੰਗੇ ਸੀ ਉਹਦਾ ਕਿਰਪਾ ਕਰਤੀ ਸ਼੍ਰੀ ਹਰਿਕ੍ਰਿਸ਼ਨ 'ਤੇ ਆਈ ਹੈ, ਜਿਸ ਲਿਠਿਓ ਸਭ ਦੁੱਖ ਜਾਏ। ਕਵਿਤ ਅਮਲ ਕਮਲ ਯੁਗ ਅਰਨ ਲਲਤ ਪਲ ਤਾਂ ਕਿ ਦਲ ਅਵਲੀ ਸੋ ਹੀਰਨ ਕੀ ਜਟੀ ਸੀ। ਫਿਰ ਕਹਿੰਦੇ ਹੈ ਅਮਲ ਕਮਲ ਯੁਗ ਅਰਨ ਲਲਿਤ ਫਲ, ਲਾਲ ਰੰਗ ਦੇ ਜਿਹੜੇ ਪਵਿੱਤਰ ਕਵਲ ਦੀ ਨਿਆਈ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜਿਹੜੇ ਦੋਵੇਂ ਚਰਨ ਲਲਿਤ ਬੜੇ ਸੁੰਦਰ ਆ, ਉਹ ਬੜੇ ਸੁੰਦਰ ਹੈਗੇ ਆ। ਸਤਿਗੁਰੂ ਦੇ ਜਿਹੜੇ ਪਵਿੱਤਰ ਚਰਨ ਆ ਲਾਲ ਅਲਮੇ ਲਾਲ ਪਲਵੇਂ ਨੇ ਭਲੇ ਬਹੁਤ ਹੀ ਭਲੇ, ਤਾਂ ਕਹਿੰਦਾ ਲਵਲੀ ਸੋ ਹੀਰਨ ਕੀ ਜਟੀ ਸੀ। ਉਹਨਾਂ ਦੇ ਚਰਨਾਂ ਬੜੇ ਸੁੰਦਰ ਆ, ਚਰਨਾਂ ਦੀਆਂ ਉਂਗਲੀਆਂ ਉੱਤੇ ਮਨੋ ਹੀਰਿਆਂ ਦੀ ਜੜਤ ਕੀਤੀ ਹੋਈ ਹੈ। ਤਾਂ ਕਿ ਦਲ ਅਵਲੀ ਸੋ ਹੀਰਨ ਕੀ ਜਟੀ ਸੀ, ਅਵਲੀ ਮੈਨੇ ਪੰਗਤੀ ਔਰ ਦਲ ਪੱਤੇ ਆ ਜਿਹੜੇ ਇੱਕ ਚੀਜ਼ ਨਾਲ ਜੁੜੇ ਆ, ਫਿਰ ਨਿਖੜਵੇਂ ਹਿੱਸੇ ਇੱਥੇ ਕਿ ਉਂਗਲੀਆਂ ਤੋਂ ਲੈਣਾ, ਉਂਗਲੀਆਂ 'ਤੇ ਹੀਰਿਆਂ ਦੀ ਅਵਲੀ ਪੰਗਤੀ ਜੜੀ ਜੜੀ ਹੋਈ ਸੀ। ਕਦੋਂ ਉਡਪਾਂਤ ਹਿੱਤ ਆਪ ਚਿੱਤ ਲੋਕ ਮਤ ਤਜੀ ਨਵਗਤ ਥਿੱਤ ਐਸੀ ਬਿੰਦ ਠੱਟੀ ਸੀ। ਫਿਰ ਭਾਈ ਸਾਹਿਬ ਕਹਿੰਦੇ ਉਡ ਜਾਂ ਤਾਰਿਆਂ ਹੀਰਿਆਂ ਦੀ ਉਹ ਜੜਤਕਾਰੀ ਕੀਤੀ ਹੈ, ਨੌਂ ਦੀ ਜਿਹੜੀ ਪੰਗਤੀ ਹੈ ਤਾਰਿਆਂ ਦੀ ਜਿਹੜੀ ਪੰਗਤੀ ਹੈ, ਹੁਣ ਆਪਣਾ ਭਲਾ ਚੇਤੇ ਕਰਕੇ ਆਕਾਸ਼ ਦਾ ਜਿਹੜਾ ਘੁੰਮਣਾ ਸੀ ਛੱਡਤਾ। ਐਸੀ ਵਿਧ ਠੱਟੀ ਹੈ, ਐਸੀ ਵਿਧੀ ਨੂੰ ਠੱਟੀ ਮੈਨੇ ਧਾਰਿਆ ਹੋਇਆ ਕਿ ਤਾਰਿਆਂ ਨੇ ਵੀ ਦੇਖਿਆ ਵੀ ਆਕਾਸ਼ 'ਚ ਕੀ ਹੈ, ਸਤਿਗੁਰਾਂ ਦੇ ਚਰਨ ਜਿਹੜੇ ਕਲਿਆਣ ਦਾਤਾ ਨਾਮੇ ਨੇ ਆਕਾਸ਼ ਆਪ ਚਿੱਤ ਆਪਣਾ ਜਿਹੜਾ ਚਿੱਤ ਚਿੱਤ ਵਿਖੇ ਪੁਰਨਾ ਕਰਕੇ ਮਾਤ ਲੋਕ ਨਵ ਆਕਾਸ਼ ਗਤਮੇ ਨੇ ਜਿਹੜਾ ਘੁੰਮਣਾ ਘੁੰਮਣਾ ਇਸ ਤਰ੍ਹਾਂ ਵੀ ਦੱਸਦੇ। ਤਜੀ ਨਾ ਭਗਤ ਤਾਰਿਆਂ ਨੇ ਭਗਤੀ ਨਹੀਂ ਛੱਡੀ, ਆਕਾਸ਼ ਦੇ ਅੰਦਰ ਸਾਰਿਆਂ ਦਾ ਮਾਲਕ ਹੋਣ
ਪਰਮੇਸ਼ੁਰ ਪਰਿਕਰਮਾ ਕਰਦੇ ਆ, ਹੁਣ ਇੱਥੇ ਚਰਨਾਂ ਜਾ ਕੇ ਭਗਤੀ ਕਰਦੇ ਆ, ਇਸ ਤੋਂ ਹੋ ਗਏ ਟਿਕ ਗਏ, ਐਸੀ ਵਿਧ ਉਹਨਾਂ ਨੇ ਧਾਰ ਲਈ। ਜਦੋਂ ਵਿਸ਼ਕਰਮਾ ਨੇ ਸ਼ੇਖ ਅਤੇ ਮੰਨਣ ਲਏ, ਕਾਂਤ ਹਿੱਤ ਖਚੀ ਬਸੈ ਰਮਾ ਸਾਜ ਕੁਟੀ ਸੀ। ਫਿਰ ਭਾਈ ਸਾਹਿਬ ਕਹਿੰਦੇ ਕਿ ਮਾਤ ਲੋਕ ਦੇ ਸਾਧੂਆਂ ਨੇ ਚਰਨਾਂ ਉੱਤੇ ਇਹ ਜਾਣ ਲਓ ਨੂੰਹ ਬਣ ਕੇ ਇੱਥੇ ਤੁਮੇ ਨੇ ਆ ਕੇ ਟਿਕ ਗਿਆ, ਅਥਵਾ ਵਿਸ਼ਕਰਮਾ ਨੇ ਜਿਹੜਾ ਸ਼ੇਸ਼ ਨਾਗ ਸੀ ਨਾ ਉਹ ਤੋਂ ਮਣੀਆਂ ਲੈ ਕੇ ਪਾਤਸ਼ਾਹ ਦੇ ਚਰਨਾਂ 'ਤੇ ਜੜ ਦਿੱਤੀਆਂ। ਅਤੇ ਉੱਥੇ ਕੀ ਹੋਇਆ, ਇਸ ਤਰ੍ਹਾਂ ਮੰਨਣਾ ਕਰੋ ਸੁੰਦਰਤਾ ਦੀ ਜਿਹੜੀ ਕੁਟੀ ਹੈ ਨਾ ਕੁਟੀਆ ਬਣ ਗਈ ਹੈ। ਹਾਂਜੀ, ਕਦੋਂ ਵਿਸ਼ਕਰਮਾ ਨੇ ਸ਼ੇਖ ਅਤੇ ਮੰਨਣ ਲੈ, ਵਿਸ਼ਕਰਮਾ ਨੇ ਸ਼ੇਖ ਨਾਗ ਤੋਂ ਮਣੀਆਂ ਲੈ ਕੇ ਕਾਂਤੀ, ਹਾਂਜੀ, ਅਤੇ ਜਿਹੜੀ ਉਹ ਆਪਣੇ ਇਸ ਤਰ੍ਹਾਂ ਦੀ ਚਮਕ ਦਮਕ ਹੈਗੀ ਹੈ, ਕੈਸੀ ਸੁੰਦਰ ਹੈ। ਕਾਂਤ ਹਿੱਤ, ਹਾਂਜੀ, ਉਸਨੇ ਫਿਰ ਕਹਿੰਦੇ ਕੀ ਕੀਤਾ, ਇਸ ਹਿੱਤ ਨੂੰ ਮੁੱਖ ਰੱਖ ਕੇ ਖਚੀ, ਹਾਂਜੀ, ਸੁੰਦਰਤਾ ਵਾਸਤੇ ਇਹ ਹਿੱਤ ਰੱਖ ਕੇ ਖਚੀ, ਬਸੈ ਰਮਾ ਸਾਜ ਕੁਟੀ ਸੀ। ਖਚੀ ਮੈਨੇ ਜੜ ਦਿੱਤੀ ਹੈ, ਸ਼ੌਂਕ ਬੜੇ ਚਾਅ ਦੇ ਨਾਲ ਹਿੱਤ ਮੈਨੇ ਬੜੇ ਸ਼ੌਂਕ ਚਾਹ ਨਾਲ, ਕਾਂਤੀ ਮੈਨੇ ਜਿਹੜੀ ਸੁੰਦਰਤਾ ਸੀ ਬੜੇ ਚਾਹ ਦੇ ਨਾਲ, ਕਾਂਤ ਹਿੱਤ ਖਚੀ, ਹਾਂਜੀ, ਸੁੰਦਰਤਾ ਜਿਹੜੀ ਹੈ ਬੜੇ ਪ੍ਰੇਮ ਨਾਲ ਖਚੀ ਜੜ ਪਕਾਰੀ ਕਰਤੀ, ਰਮਨ ਸਾਜ ਕੁਟੀ ਸੀ। ਰਮਨ ਲਛਮੀ ਜਿਹੜਾ ਪ੍ਰਤਾਪ ਹੈ ਉੱਥੇ ਨਿਵਾਸ ਹੈ, ਖਚੀ ਕਾਂਤ ਸਾਜ ਕੁਟੀ ਸੀ। ਕਹਿੰਦੇ ਬਸੇ ਰਮਾ ਹਿੱਤ ਸਿੰਘ, ਇਸ ਵਾਸਤੇ ਕਹਿੰਦੇ ਆ ਉੱਥੇ ਮਨੋ ਸੁੰਦਰਤਾ ਦੀ ਕੁਟੀਆ ਬਣ ਗਈ ਹੈ, ਜਿਹਦੇ 'ਚ ਹੁਣ ਲਛਮੀ ਚਾਹ ਦੇ ਨਾਲ ਵਸਦੀ ਹੈ, ਨਿਵਾਸ ਕਰਦੀ ਹੈ। ਚਰਨ ਕਮਲ ਹਰਿ ਕ੍ਰਿਸ਼ਨ ਅਨੂਪਨ ਨਖ ਸ਼ਾਹ ਸ਼ਸ਼ੀ ਸਕਲ ਸੇ ਉਪਮਾਨ ਲਟੀ ਸੀ। ਕਹਿੰਦੇ ਅਸਲ ਵਿੱਚ ਤਾਂ ਵੀ ਗੱਲ ਇਹ ਹੈ, ਸਤਿਗੁਰਾਂ ਦੇ ਜਿਹੜੇ ਚਰਨ ਕਮਲ ਐਸੇ ਅਨੂਪਮ ਹੈ ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾਂਦੀ, ਨਖ ਸ਼ਸ਼ੀ ਜਿਹੜੇ ਨੂੰ, ਹਾਂਜੀ, ਅਤੇ ਇਸ ਵਾਸਤੇ ਉਹਨਾਂ ਦੀ ਉਪਮਾ ਕਿਸੇ ਨੂੰ ਦਿੱਤੀ ਨਹੀਂ ਜਾਂਦੀ। ਨਖ ਸ਼ਸ਼ੀ ਸਕਲ ਸੀ, ਨੌ ਜਿਹੜੇ ਸ਼ਸ਼ੀ ਚੰਦਰਮਾ, ਸ਼ਕਲ ਮੈਨੇ ਟੁਕੜੀ ਮਰ ਗਏ, ਨੌ ਕਿ ਚੰਦਰਮੀਆਂ ਟੁਕੜੀਆਂ ਮਰ ਗਏ, ਸ਼ਕਲ ਜਿਵੇਂ ਹੁੰਦਾ ਕੋਈ ਸੂਰਤ ਆ, ਨੌ ਜਿਹੜੇ ਚੰਦ ਦੀ ਸੂਰਤ ਵਰਗੇ ਆ, ਸਕਲ ਸਾਰੇ ਨੌ ਚੰਦ ਵਰਗੇ, ਸਕਲ ਕਲਾ ਦੇ ਸਹਿਤ ਆ, ਹਾਂਜੀ, ਸਾਰੀਆਂ ਕਲਾ ਦੇ ਸਹਿਤ ਆ, ਜਿਵੇਂ ਚੰਦਰਮਾ 16 ਕਲਾ, ਸਾਰੀਆਂ ਕਲਾ ਸ਼ਕਤੀਆਂ ਦੇ ਸਹਿਤ। ਉਪਮਾਨ, ਉਪਮਾ ਨਹੀਂ ਕੀਤੀ ਜਾਂਦੀ, ਕਿਹਦੀ ਉਪਮਾ ਦੇ ਜੇ ਫਲਾਣੇ ਵਰਗੇ ਲਟੀ, ਇਸ ਵਾਸਤੇ ਉਹ ਜਿਹੜੀ ਉਪਮਾ ਬਣਦੀ ਨਹੀਂ, ਲਟੀ ਵੀ ਨਿੱਕੀ ਥੋੜ੍ਹੀ ਵੀ, ਜਿਵੇਂ ਲੱਠ ਬੱਚੇ ਵਾਂਗ ਬੋਲਣਾ, ਅਟਪਟੀਆਂ ਗੱਲਾਂ ਕਰਨੀਆਂ, ਥੋੜ੍ਹੀ ਥੋੜ੍ਹੀਆਂ ਤੋਤਲੀਆਂ ਜਾਂ ਕਥਨ ਕਰਨਾ, ਲਟੀ ਕਹਿਣਾ ਨਹੀਂ ਬਣਦਾ, ਉਪਮਾ ਲਟੀ ਸੀ। ਇਹ ਉਪਮਾ ਦੇਣੀ ਕਹਿੰਦੇ ਤਾਂ ਬੱਚਿਆਂ ਆ ਰਹੀ ਹੈ, ਐਵੇਂ ਬਚਕਾਨਾ ਗੱਲ ਆ, ਬਿਲਕੁਲ ਅਣਬਣ ਆ, ਇਹ ਬਣਦੀ ਨਹੀਂ, ਇਹ ਤਾਂ ਬੜੀ ਤੁੱਛ ਗੱਲ ਆ, ਇਹ ਬਣਦੀ ਨਹੀਂ ਹੈਗੀ। ਕਹਿੰਦੇ ਜੀ ਇਹਨਾਂ ਦੇ ਉਪਮਾ ਹੋਰ ਕਿਸੇ ਚੀਜ਼ ਦੇ ਬਰਾਬਰ ਨੇ, ਉਹਨਾਂ ਦੇ ਨੌ ਚੰਦ ਨੂੰ ਟੁਕੜੀਆਂ ਆ ਗਏ, ਲੇਕਿਨ ਇਹ ਵੀ ਉਪਮਾ ਦੇਣੀ ਕਹਿੰਦੇ ਛੋਟੀ ਜਿਹੀ ਗੱਲ ਆ, ਕੋਈ ਬਹੁਤ ਵੱਡੀ ਗੱਲ ਨਹੀਂ, ਕਿ ਉਹਨਾਂ ਦੀ ਉਪਮਾ ਕਿਸੇ ਨੂੰ ਦਿੱਤੀ ਨਹੀਂ ਜਾਂਦੀ, ਉਹ ਆਪਣੇ ਉਪਮਾ ਦੇ ਮਾਲਕ ਆਪੇ ਆ। ਇਸ਼ਟ ਗੁਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੰਗਲ, ਤੇਗ ਬਹਾਦਰ ਧਰਮ ਧਵਜ ਹਰ ਧਾ ਤੁਰਕ ਅਨਮੋਲ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਧਰਮ ਦੀ ਧਵਜ ਆ, ਨਿਸ਼ਾਨ ਆ ਤੁਰਕਾਂ ਨੇ ਜਿਹੜਾ ਮੁੱਢ ਤੋਂ ਫੁੱਟਣ ਵਾਲੇ ਆ, ਚਰਨ ਸਰਨ ਤਾਰਨ ਦਾ ਨਮ ਹੋ ਅਨੁਕੂਲ, ਉਹਨਾਂ ਚਰਨਾਂ ਦੀ ਸ਼ਰਨ ਜਾ ਕੇ ਸੰਸਾਰ ਤਾਰਨ ਲਈ ਉਹ ਜਹਾਜ਼ ਰੂਪ ਆ। ਕਹਿੰਦੇ ਮੈਂ ਉਹਨਾਂ ਦੀ ਸ਼ਰਨ ਤਾਰਨ ਕਰਕੇ ਉਹਨਾਂ ਤਾਂ ਹੀ ਨਮਸਕਾਰ ਕਰਦਾ ਹਾਂ, ਧਰਮ ਤੋਂ ਧਰਮ ਲੈ ਲਿਆ ਧੋ ਜਾ ਮੈਨੂੰ ਝੰਡਾ, ਧਰਮ ਦੇ ਝੰਡਾ, ਹਾਂਜੀ, ਜਿਹੜੇ ਸਾਰਿਆਂ ਦਾ ਆਸਰਾ।
ਜਿਵੇਂ ਜੰਗ ਵਿੱਚ ਝੰਡਾ ਆਸਰਾ ਹੁੰਦਾ ਨਾ, ਝੰਡਾ ਡਿੱਗਦਾ ਤਾਂ ਹਾਰ ਮੰਨੀ ਜਾਂਦੀ ਹੈ, ਝੰਡੇ ਦੇ ਦੁਆਲੇ ਸੂਰਮੇ ਟੁੱਟ ਟੁੱਟ ਮਰਦੇ ਆ। ਧਰਮ ਦਾ ਮੂਲ ਆਸਰਾ ਕੀ ਹੈ? ਜਿਹੜਾ ਧਰਮ ਦੀ ਰੱਖਿਆ ਕਰੇ ਉਹ ਮਹਾਰਾਜ ਹੈ, ਹਰਤਾ ਹਰਨ ਵਾਲੇ ਆ। ਮੂਲ ਜੜ੍ਹਾਂ ਤੋਂ ਧਾਰਨ ਤਾਰਨ ਵਾਸਤੇ ਜਹਾਜ਼ ਰੂਪ ਹੈ, ਮੇਰੀ ਨਮਸਕਾਰ ਹੈ। ਇਸ ਵਜ੍ਹਾ ਅਨੁਕੂਲ ਉਹਨਾਂ ਦੀ ਆਗਿਆ ਦੇ ਮੁਤਾਬਕ ਹੋ ਕੇ, ਸ਼ਰਨ ਦੇ ਮੁਤਾਬਕ ਚੱਲ ਕੇ ਅਸੀਂ ਚੱਲਦੇ ਹਾਂ। ਮਹਾਰਾਜ ਕਿਰਪਾ ਕਰਨ, ਸਾਡੇ 'ਤੇ ਆਪਣੇ ਕਿਰਪਾ ਕਰ ਦੇਣ, ਮਿਹਰ ਕਰ ਦੇਣ। ਸੋਈਆ ਬਰ ਕੀਰਤ ਜੌਨ ਅਮੀਗਤ ਭੋਨ, ਸੋ ਸੀਤਲਤਾ ਸੁਖ ਪੌਣ ਸੁਭਾਈ। ਹੁਣ ਕਵੀ ਜੀ ਦੇ ਵਿੱਚ ਦੱਸਣਗੇ ਚੰਦਰਮਾ ਦੀ ਉਪਮਾ ਦੇ ਕੇ। ਚੰਦਰਾਂ 'ਚ ਕਹਿੰਦੇ ਜਿਵੇਂ ਚਾਨਣੀ ਹੈ, ਇਸ ਤਰ੍ਹਾਂ ਸਤਿਗੁਰਾਂ 'ਚ ਸ੍ਰੇਸ਼ਟ ਕੀਰਤੀ ਹੈ। ਜਿਵੇਂ ਚੰਦਰਮਾ 'ਚ ਅੰਮ੍ਰਿਤ ਦਾ ਨਿਵਾਸ ਹੈ, ਇਵੇਂ ਸਤਿਗੁਰੂ ਜੀ ਮੁਕਤੀ ਦਾ ਘਰ ਬਣ ਕੇ ਸੋਭਾ ਵਡਿਆਈ ਦੇ ਰਿਹਾ ਹੈ। ਜਿਵੇਂ ਚੰਦਰ ਹੈ ਸੀਤਲਤਾ, ਸਤਿਗੁਰਾਂ 'ਚ ਸੁੱਖ ਹੈ। ਜਿਵੇਂ ਚੰਦਰਾਂ 'ਚ ਕਮੀਆਂ, ਸਤਿਗੁਰੂ ਜੀ ਮੁਕਤੀ ਦੇ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਖੜਾਉਂਦੇ ਆ। ਬਰ ਕੀਰਤ ਜੌਨ ਅਮੀਗਤ ਭੋਨ, ਸੋ ਸੀਤਲਤਾ ਸੁਖ ਤੌਨ ਸਭਾਈ। ਅਤੇ ਇਸ ਵਾਸਤੇ ਕਹਿੰਦੇ ਬਰ ਮੈਨੇ ਸ੍ਰੇਸ਼ਟ ਹੈ, ਕੀਰਤ ਵਡਿਆਈ, ਜੌਨ ਚਾਂਦਨੀ, ਅਮੀ ਅੰਮ੍ਰਿਤ। ਕਵੀ ਲੋਕ ਦੱਸਦੇ ਆ ਫਲਾਂ ਜਾਂ ਜਿੰਨੀਆਂ ਦਵਾਈਆਂ ਜੜੀਆਂ ਬੂਟੀਆਂ ਅੰਮ੍ਰਿਤ ਦੇ ਵਿੱਚ ਚਾਨਣੇ ਪੱਖ 'ਚ ਇੰਨਾ ਵਾਧਾ ਹੁੰਦਾ, ਜਿਹੜੇ ਚਾਂਦਨੀ ਹੁੰਦੀ ਹੈ ਰਸ ਪੈਂਦਾ, ਗਤ ਮੁਕਤੀ। ਇਸ ਕਰਕੇ ਐਸਾ ਵੀ ਇਹ ਗਤ ਅਰਥ ਪਹੁੰਚਣਾ ਅਤੇ ਕਿਸੇ ਟਿਕਾਣੇ ਦੇ ਭੌਣ ਘਰ ਹੈ, ਤੌਣ ਸਤਿਗੁਰਾਂ ਤੋਂ ਸਵਾਈ ਸੁਭਾ ਦੇ ਰਹੀ ਹੈ। ਸ਼ੀਤਲਤਾ ਉਹਨਾਂ ਦਾ ਸੁਤੇ ਸਿੱਧ ਸੁਭਾਵ ਹੈ, ਗਤ ਸਾਧਨ ਮੁਕਤੀ ਦਾ ਸਾਧਨ ਕਰਨ ਵਾਲੇ। ਇਸ ਵਾਸਤੇ ਸਾਧਨ ਬਹੁ ਬਚਨ ਵੀ ਉੱਠ ਕੇ ਖੜਾ ਹੋ ਜਾ, ਅੰਦਰ ਸ਼ੌਕ ਸ਼ੌਕ ਹੈ ਨਹੀਂ, ਐਵੇਂ ਵੱਧਾ ਚੱਟੀ ਭਰਦੇ ਹਾਂ, ਹੈਂ ਵਿੱਚ ਕੋਈ ਸੁਰਤੀ ਨਹੀਂ ਹੈ ਵੀ ਕੋਈ ਕਰਨਾ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਸਾਧਨ ਕਾ ਸੰਗ ਸਾਧੂ ਸੰਗੋਸ਼ਟਰ, ਸਾਧਨ ਸੁਣ ਲਿਓ ਬੁਲਾਓ, ਗਤ ਸਾਧਨ ਦਾ ਇਹ ਵੀ ਮੁਕਤੀ ਦੇ ਸਾਧਨ, ਪਵਿੱਤਰ ਗੁਣ ਜਿਹੜੇ। ਜਿਵੇਂ ਚੰਦਰ ਕਮੀਆਂ ਨੂੰ ਸਤਿਗੁਰੂ ਜਿਹੜੇ ਦੇਵੀ ਪਵਿੱਤਰ ਗੁਣ ਉਹਨਾਂ ਨੂੰ ਖੜਾਉਂਦੇ ਆ। ਇਸ ਵਾਸਤੇ ਉਹਨਾਂ ਨੂੰ ਉਹ ਖੜਾਉਂਦੇ ਆ। ਸੋ ਸੀਤਲਤਾ ਸੁਖ ਪੌਣ ਸੁਭਾਈ, ਜਿਹੜੀ ਫਿਰ ਸੀਤਲਤਾ ਸੁਖ ਤੌਣ ਸੁਭਾਈ। ਸੀਤਲਤਾ ਜਿਹੜੀ ਹੈ ਉਹ ਸੋਭਾ ਪਾ ਰਹੀ ਹੈ, ਤੌਣ ਮੈਨੇ ਉਹਨਾਂ ਤੋਂ ਸੁਭਾਈ ਸੋਭਾ ਦੇ ਰਹੀ ਹੈ। ਗਤ ਸਾਧਨ ਕੈਰਵ ਕੁਬਿਕ ਸਾਵ ਦਾਸ ਰਦਾਨਾ ਵੀ ਸੁਹਾਈ, ਅਤੇ ਗਤੀ ਦਾ ਸਾਧਨ ਕੈਰਵ ਕੁਬਿਕ ਸਾਵਤ, ਕੈਰਵੇਂ ਨੇ ਕਮੀਆਂ ਜਿਹੜੀਆਂ ਰਾਤ ਨੂੰ ਖਿੜਦੀਆਂ, ਚਿੱਟੇ ਕਮਲ ਆ ਉਹ ਚੰਦ ਉਹਨਾਂ ਨੂੰ ਖੜਾਉਂਦਾ। ਪਰ ਦਾਸ ਰਦਾਨਾ ਵੀ ਸੁਹਾਈ, ਅਤੇ ਦਾਸ ਰਦਾਸਾਂ ਦਾ ਹਿਰਦਾ ਸਤਿਗੁਰ ਤੇਗ ਬਹਾਦਰ ਪ੍ਰੇਮੀਆਂ ਦਾ ਜਿਹੜਾ ਮਨ ਨਵ ਬੀਜ ਸੁਹਾਈ। ਆਕਾਸ਼ ਵਿੱਚ ਜਿਵੇਂ ਚੰਦਰਮਾ ਸੋਭਾ ਪਾਉਂਦਾ, ਸਤਿਗੁਰੂ ਦੇ ਜਿਹੜੇ ਆ ਦਾਸਾਂ ਦੇ ਹਿਰਦੇ ਵਿੱਚ ਸੋਭਾ ਪਾਉਂਦੇ ਆ। ਤਪ ਤੁੰਗ ਦੁੱਖ ਤੀਰ ਨਾਵਤ ਹੈ, ਕਪਤ ਦਾ ਦੁੱਖ ਜਿਹੜਾ ਤੀਰ ਨੇੜੇ ਨਹੀਂ ਆਉਂਦਾ, ਜਦ ਚਾਰਜ ਕੋ ਰਹਿ ਲਿਆ। ਇਸ ਵਾਸਤੇ ਤਪ ਤੁੰਗ ਜਿਹੜੀ ਗਰਮੀ ਹੈ, ਕਪਤਾ 'ਚ ਚੰਦਰਮਾ ਠੰਡਾ ਮੰਨਿਆ, ਤੀਰ ਨੇੜੇ, ਚਿੱਤ ਚਾਰ ਦਾਸਾਂ ਦਾ ਚਿੱਤ ਜਿਹੜਾ ਸਤਿਗੁਰਾਂ ਦੇ ਧਿਆਨੀਆਂ ਦਾ ਧਿਆਨ, ਚਿੱਤ ਜਿਹੜਾ ਚਾਰ ਸੁੰਦਰ ਵੀ ਐਸਾ ਸੁੰਦਰ ਚੇਤਾ ਵਾਲੇ ਜਿਹੜੇ ਵਿਚਾਰ ਬਣ ਪੁਰ ਗਿਆ। ਚਿੱਤ ਚਾਰ ਚਕੋਰ ਹੈ ਲਵਲਾਏ, ਜਿਵੇਂ ਚਕੋਰ ਚੰਦ ਵੱਲ ਲਿਵਲਾਉਂਦਾ, ਉਹਨਾਂ ਗੁਰਸਿੱਖਾਂ ਨੇ ਗੁਰੂ ਚਰਨਾਂ ਨੇ ਲਿਵਲਾਈ। ਗੁਰੂ ਤੇਗ ਬਹਾਦਰ ਸੋਹਤ ਚੰਦ ਸੇ ਹੀਨ ਕਲੰਕ ਇਹੀ ਅਦਗਾ, ਚੰਦਰਮਾ ਨੂੰ ਸੋਭਾ ਪਾਉਂਦੇ ਆ ਪਰ ਚੰਦਰਮਾ ਨੂੰ ਕਲੰਕ ਲੱਗਦਾ ਹੈ ਚੌਥ ਦਾ। ਪਰ ਇਹਨਾਂ 'ਚ ਮਹਾਰਾਜ ਇਹ
ਵਿਸ਼ੇਸ਼ਤਾ ਆ ਕਲੰਕ ਤੋਂ ਰਹਿ ਤੇ ਅਤੇ ਜਿਹੜਾ ਉਹਨੇ ਛੱਡ ਲੈਂਦਾ ਉਹਨੂੰ ਵੀ ਕਲੰਕ ਤੋਂ ਰਹਿਤ ਕਰ ਦਿੰਦੇ ਆ। ਸਤਿਗੁਰੂ ਵੱਲ ਸੇਵਕ ਹਿਰਦੇ ਧਿਆਨ ਲਾਉਂਦੇ ਆ ਅਤੇ ਮਹਾਰਾਜ ਇਸ ਤਰ੍ਹਾਂ ਸੋਭਾ ਪਾ ਰਿਹਾ, ਚੰਦਰਮਾ ਕਲੰਕ ਲਗਾ ਖੜ੍ਹਾ, ਸਤਿਗੁਰੂ ਕਲੰਕ ਤੋਂ ਰਹਿ ਤਿਆ। ਇਸ਼ਟ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਲ, ਹਰਗੋਬਿੰਦ ਨੰਦਨ ਨੰਦਨ ਕੋ ਅਬੰਧਨ ਕਹਿ ਪਦ ਯਰ ਬਿੰਦੂ। ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੰਦਨ ਸਾਹਿਬਜ਼ਾਦੇ ਕੌਣ, ਤੁਹਾਨੂੰ ਗੁਰੂ ਤੇਗ ਬਹਾਦਰ ਉਹਨਾਂ ਦੇ ਨੰਦਨ, ਤੁਹਾਨੂੰ ਗੁਰੂ ਗੋਬਿੰਦ ਸਿੰਘ ਭਾਵ ਛੇਵੇਂ ਪਾਤਸ਼ਾਹ ਦੇ ਪੋਤਰੇ ਉਹਨਾਂ ਨੂੰ ਅਭਿਬੰਧਨ ਨਮਸਕਾਰ ਕਰਨਾ, ਸਤਿਕਾਰ ਨਾਲ ਮੱਥਾ ਟੇਕਦੇ ਹਾਂ। ਪਦ ਯਰ ਬਿੰਦੂ ਉਹਨਾਂ ਦੇ ਜਿਹੜੇ ਚਰਨ ਕੰਬਲ ਬੜੇ ਕੂਲੇ ਆ, ਬੜੇ ਸੁੰਦਰ ਆ। ਦੁੱਖ ਦੂਨ ਨਿਕੰਦਨ ਆਨੰਦ ਕੰਧ ਮਕੰਦ ਬੁਲੰਦ ਕਰੇ ਜਨੇਂਦੂ। ਫਿਰ ਜਿਨ੍ਹਾਂ ਨੇ ਦੁੱਖਾਂ ਪੱਧਰਾਂ ਨੂੰ ਕੱਟਣ ਵਾਲੇ ਆ, ਆਨੰਦ ਦੇ ਦਾਤੇ ਆ, ਭੁਗਤੀ ਦਾਤੇ, ਜਿਨ੍ਹਾਂ ਨੇ ਹਿੰਦੂਆਂ ਨੂੰ ਉੱਚਾ ਕਰਤਾ। ਤੁਰਕਾਂ ਦਾ ਜਿਹੜਾ ਰਾਜ ਔਰੰਗਜ਼ੇਬ ਸੀ, ਚੰਦਰਮਾ ਜ਼ੁਲਮ ਦੀ ਰਾਤ ਵਿੱਚ ਚਮਕ ਰਿਹਾ ਸੀ, ਪਾਤਸ਼ਾਹ ਸੂਰਜ ਹੋ ਕੇ ਵੀ ਬੋੜੇ, ਔਰ ਧੰਨ ਗੁਰੂ ਗੋਬਿੰਦ ਸਾਰਾ ਸੰਸਾਰ ਇਸ ਗੱਲ ਨੂੰ ਜਾਣਦਾ ਹੈ। ਦੁੱਖ ਦੂਜ ਨੂੰ ਕਹਿੰਦੇ ਨੇ ਆਨੰਦ ਕੰਧ, ਦੁੱਖ ਜਿਹੜੇ ਦਵੰਦਾਵਾਦ ਦੇ ਦੁੱਖ ਸੀ, ਅਪੱਧਰ ਸੀ, ਬੜੇ ਬੜੇ ਦੁੱਖ ਨਿਕੰਦਨ ਕੱਟਣ ਵਾਲੇ, ਆਨੰਦ ਦੇ ਕੰਧ ਬੱਦਲ ਆ, ਆਨੰਦ ਨੂੰ ਕੰਧ ਦੇਣ ਵਾਲੇ, ਕੰਧ ਮੁਕਤੀ ਦਾ ਤਾਂ ਬੁਲੰਦ ਕਰੇ ਜਿਹਨੇ ਹਿੰਦੂ, ਜਿਹੜੇ ਹਿੰਦੂਆਂ ਦਾ ਮਾਣ ਮੁਣ ਡਿੱਗ ਗਿਆ ਸੀ ਉੱਚਾ ਚੁੱਕਿਆ। ਪਰ ਅੱਜ ਕੌਣ ਮੰਨਦਾ ਇਹਨਾਂ ਗੱਲਾਂ ਨੂੰ, ਤੁਰ ਕਹਿੰਦੋ ਉਡੇਂਦੋ ਦਿਨੰਦ ਤਨੇ ਗੁਰੂ ਗੋਬਿੰਦ ਸਿੰਘ ਜਗ ਬਿੰਦੂ। ਉਹ ਜਿਹੜੇ ਤੁਰਕਾਂ ਰੂਪੀ ਉਡੇਂਦ ਔਰੰਗਜ਼ੇਬ ਤਾਰਿਆਂ ਵਾਂਗ ਸੀ, ਮਹਾਰਾਜ ਉਹਨੂੰ ਸੂਰਜ ਵਾਂਗ ਹੋ ਕੇ ਮਿਲੇ, ਅਤੇ ਗੁਰੂ ਗੋਬਿੰਦ ਸਿੰਘ ਸਾਰਾ ਜੰਗ ਬਿੰਦੂ ਮੈਨੇ ਜਾਣਦਾ ਹੈ। ਹਾਂਜੀ, ਜਿਵੇਂ ਸੂਰਜ ਦੇ ਅੱਗੇ ਚੰਦਰਮਾ ਦਾ ਤੇਜ਼ ਕੁਛ ਨਹੀਂ ਨਾ ਕਰਦਾ। ਸਰਪਿੰਦ ਗਰਿੰਦ ਖਰਿੰਦ ਤੁਲੰਗ ਬਲਵੰਡ ਅਖੰਡ ਸੁਰਿੰਦ ਇੰਦੂ। ਇਹ ਕਹਿੰਦੇ ਆ ਸਰਪਿੰਦ, ਸਰਪਾਂ ਦਾ ਇੰਦਰ ਸ਼ੇਸ਼ਨ ਵਰਗੇ ਜਿਹੜੇ ਪਹਾੜੀ ਰਾਜਿਆਂ ਨੂੰ ਆਪ ਗਰੜ ਵਾਂਗੂ ਹੋ ਕੇ ਮਿਲੇ ਆ। ਖਗਿੰਦ ਤੁਲੰਗ ਗਰੜ ਵਾਂਗੂ, ਖਗਿੰਦ ਮੈਨੇ ਗਰੜ ਵਾਂਗ ਗਰਿੰਦ ਪਹਾੜੀ ਰਾਜ ਮਿਲੇ, ਬਲਵੰਡ ਅਖੰਡ ਸੁਰਿੰਦ ਇੰਦੂ। ਔਰ ਫਿਰ ਕਹਿੰਦੇ ਅਖੰਡ ਆਪ ਦਾ ਜਿਹੜਾ ਬਲ ਹੈ ਪ੍ਰਤਾਪ ਆ, ਇੰਦਰਾਂ ਦੇ ਇੰਦਰ ਆ, ਸੁਰਿੰਦ ਇੰਦੂ ਬਲ ਵਾਲੇ ਆ ਬਲਵੰਡ, ਔਰ ਫਿਰ ਉਹ ਤੁੱਟ ਬਲ ਵਾਲੇ ਆ ਸੁਰਿੰਦ ਇੰਦੂ, ਸੁਰ ਇੰਦਰ ਇੰਦੂ ਦੇਵਤਿਆਂ ਦੇ ਇੰਦਰ ਦੇ ਵੀ ਇੰਦਰ ਆ, ਮਹਾਨੋਂ ਮਹਾਨ ਆ, ਵੱਡਿਓਂ ਵੱਡੇ ਆ। ਕਾਂਤ ਕਲ ਤਾਲਮੇ ਪ੍ਰਫੁੱਲਤ ਵਿਸਾਲ ਦਲ, ਇਹ ਸਤਿਗੁਰੇ ਚਰਨ ਕਮਲ ਨੂੰ ਕਿਹਨੂੰ ਹੁਕਮ ਦਿੰਦੇ ਆ, ਕਾਂਤ ਕਲ ਤਾਲਮੇ ਪ੍ਰਫੁੱਲਤ ਵਿਸਾਲ ਦਲ। ਕਹਿੰਦੇ ਸਤਿਗੁਰੇ ਚਰਨ ਕਮਲਾਂ ਨਾਲ ਹੁਕਮ ਦਿੰਦੇ, ਜਿਸ ਤਰ੍ਹਾਂ ਕਿਸੇ ਤਲਾਬ ਵਿੱਚ ਵੱਡੇ ਦਲ ਪੱਤਿਆਂ ਦੇ ਸ਼ਹਿਦ ਜਿਹੜੇ ਕਮਲ ਆ ਉਹ ਖਿੜ ਰਹੇ, ਵਿਸਾਲ ਦਲ ਬੜੇ ਬੜੇ ਪੱਤਿਆਂ ਵਾਲੇ ਪ੍ਰਫੁੱਲਤ ਹੋ ਰਿਹਾ। ਕਲ ਤਾਲਮੇ ਕਾਂਤੀ ਸੁੰਦਰਤਾ, ਕਲਮੇ ਨੇ ਕਲਯੁਗ ਵਿੱਚ ਇਸ ਸੰਸਾਰ 'ਚ ਕਾਂਤੀ ਕਲ ਤਾਲ, ਸੰਸਾਰ ਦੇ ਸੁੰਦਰਤਾ ਰੂਪੀ ਤਾਲ ਵਿੱਚ, ਕਲ ਕਲ ਨਾਮ ਸੁੰਦਰਤਾ ਵੀ ਹੈ, ਤਾਲ ਸਰੋਵਰ ਦਾ, ਵਿਸਾਲਮੇ ਨੇ ਵੱਡੇ ਦਲ ਪੱਤੇ ਦਲ ਫੌਜ ਹੈ। ਇਸ ਵਾਸਤੇ ਕਮਲ ਨਾਲ ਦਲ ਪੱਤਾ ਚਰਨ ਕਮਲ ਨਾਲ ਚਰਨ ਨਾਲ ਫੌਜਾਂ, ਔਰ ਵਿਸਾਲ ਦਲ ਕਮਲਾਂ ਨੂੰ ਉਪਮਾ ਦੇ ਰਹੇ, ਫੌਜਾਂ ਦੇ ਦਲ ਜਿਹੜੇ ਆ ਉਹਨਾਂ ਦੇ ਵੀ ਮਾਲਕ ਆ। ਮ੍ਰਿਦਨ ਮੇਰ ਤੁਲ ਲਾਲ ਲਾਲ ਮਨੀ, ਫਿਰ ਕਹਿੰਦੇ ਆ ਵੱਡੀਆਂ ਫੌਜਾਂ ਦੇ ਸਹਿਤ ਆ ਸਤਿਗੁਰੂ ਚਰਨ ਕਮਲ ਸੋਹਣੇ ਆ, ਉਹ ਸੁੰਦਰਤਾ ਸਰੋਵਰ 'ਚ ਫਲੀਭੂਤ ਹੋ ਰਿਹਾ। ਉਹ ਕਮਲਾਂ ਦੀ ਕੋਮਲਤੀ ਅਰਗੀ ਚਾਨਣਾਂ ਦੀ ਕੋਮਲਤਾ ਹੀ ਹੈ,
ਔਰ ਜਿਹੜੇ ਕਮਲਾਂ ਦੀ ਲਾਲੀ ਵਰਗੀ ਚਰਨਾਂ ਦੀ ਲਾਲੀ ਹੈ, ਲਾਲ ਲਾਲ ਮਨੀ ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਫਿਰ ਕਮਲ ਵਰਗੀ ਕਮਲ ਵਰਗ ਵਾਲੇ ਤਾਲ ਦੇ ਉੱਤੇ ਰਾਜਹੰਸ ਜਿਵੇਂ ਸੋਭਾ ਪਾਉਂਦੇ, ਮਰਾਲ ਰਾਜ ਰਾਜ ਤੁਮੇ ਨੇ ਬਰਾਜ ਰਹੇ ਸੋਭਾ ਸੰਤ ਸਮਾਜ, ਤੁਹਾਡੇ ਕੋਲ ਸੰਤਾਂ ਦਾ ਸਮਾਜ ਹੈ। ਪਾਸ ਹੈ ਪਰਾਗ ਦਿਨ ਰਹਿਣ ਮੈਂ ਸੁਹਾਨੀ ਹੈ, ਜਿਵੇਂ ਕਮਲ ਉੱਤੇ ਪਰਾਗ ਧੂੜਾ ਹੁੰਦਾ। ਸਤਿਗੁਰੂ ਜਿਹੜੇ ਹੈ ਭਗਤਾਂ ਦੇ ਪਿਆਰੇ, ਬਿਰਧ ਪਾਲਣ ਲਈ ਭਗਤਾਂ ਦੀ ਸਹਾਇਤਾ ਵਾਸਤੇ ਤਾਏ ਤਾਏ ਦੌੜ ਦੌੜ ਕੇ ਉੱਪੜਨ ਵਾਲੇ ਚਰਨਾਂ 'ਤੇ ਧੂੜੀ ਜਿਹੜੀ ਹੈ ਸੋਭਾ ਪਾ ਰਹੀ ਹੈ। ਪਾਸ ਹੈ ਪਰਾਗ ਦਿਨ, ਇਸ ਵਾਸਤੇ ਪਾਸ ਮੈਨੂੰ ਧੂੜੀ ਰਾਜਿਆਂ ਦੇ ਰਾਜੇ ਵੱਡੇ ਪਰਾਗ ਫੁੱਲਾਂ ਦੀਆਂ ਜਿਹੜੀਆਂ ਨਰ ਤੁਰੀਆਂ 'ਤੇ ਜਿਹੜਾ ਧੂੜਾ ਹੁੰਦਾ, ਇਸ ਵਾਸਤੇ ਸਤਿਗੁਰੂ ਜਿਹੜੇ ਹੈ ਭਗਤਾਂ ਦੇ ਪਿਆਰੇ ਹੈ, ਬਿਰਧ ਪਾਲਣ ਲਈ ਸਹਾਇਤਾ ਕਰਨ ਲਈ ਤਾਏ ਤਾਏ ਦੌੜ ਕੇ ਪਹੁੰਚਣ ਵਾਲੇ ਚਰਨਾਂ 'ਤੇ ਧੂੜੀ ਸੋਭ ਰਹੀ ਹੈ। ਕਮਲ ਕਹਿੰਦੇ ਦਿਨੇ ਸੋਭਦੇ ਰਾਤ ਨੂੰ ਨੇ, ਪਰ ਸਤਿਗੁਰੂ ਜੀ ਦਿਨ ਰਹਿਣ ਮੈਂ ਸੁਹਾਨੀ ਹੈ, ਦਿਨ ਰਾਤ ਸੋਭਾ ਪਾ ਰਹੇ। ਸੀਲੀ ਮੁਖ ਸਿੱਖ ਮਨ ਸੌਰਵ ਆਨੰਦ ਹੇਤ, ਸੀਲੀ ਮੁਖ ਮੈਨੇ ਭੌਰਾ, ਸਿੱਖਾਂ ਦੇ ਜਿਹੜੇ ਮਨ ਸੌਰਵ ਮੈਨੇ ਸੁਗੰਧੀ। ਕਹਿੰਦੇ ਕਮਲ ਵਾਲਾ ਜਿਹੜਾ ਤਾਲ ਹੈ ਉਹਦੇ ਉੱਤੇ ਜਿਹੜੇ ਰਾਜਾਂ ਸੋਭਾ ਪਾਉਂਦੇ, ਸਤਿਗੁਰੂ ਸੰਤਾਂ ਦਾ ਸਮਾਜ ਸੋਭਾ ਪਾ ਰਿਹਾ ਹੈ। ਹੁਣ ਅਗਲੇ ਦਿਸ਼ਟਾਂ ਦੇ ਕਮਲ ਦੁਆਲੇ ਕਹਿੰਦੇ ਭੌਰੇ ਸੁਗੰਧੀ ਲਈ ਫਿਰਦੇ ਆ, ਸਤਿਗੁਰਾਂ ਦੇ ਚਰਨਾਂ ਦੇ ਆਲੇ ਦੁਆਲੇ ਜਿਹੜੇ ਸਿੱਖਾਂ ਰੂਪੀ ਭੌਰੇ ਆ ਆਨੰਦ ਲਈ ਚਰਨਾਂ ਦੀ ਨੇੜਤਾ ਛੱਡਦੇ ਨਹੀਂ, ਜਦੋਂ ਆਲੇ ਦੁਆਲੇ ਘੁੰਮਦੇ ਆ ਸੇਵਾ ਕਰਦੇ ਆ। ਛੋੜਤ ਨਾ ਆਸਵਾ, ਆਸਵਾ ਨਹੀਂ ਛੱਡਦੇ, ਸਦਾ ਹੁਕਮਾਨੀ ਸਦਾ ਚਰਨਾਂ ਦੇ ਵਿੱਚ ਘੁੰਮਦੇ ਆ ਸੇਵਾ ਕਰਦੇ। ਉਹਦਾ ਕਰਮ ਛੋਏ ਸਕੇ ਨਾ ਭਰਮ ਵੱਲ, ਐਸੋ ਸ਼੍ਰੀ ਗੋਬਿੰਦ ਸਿੰਘ ਪਦ ਕੰਜ ਜਾਣੇ। ਕਹਿੰਦੇ ਜਿਵੇਂ ਕਮਲ ਨੂੰ ਜਲ ਨਹੀਂ ਛੋਹ ਸਕਦਾ ਸਾਧੂਆਂ ਚਰਨਾਂ ਉੱਤੇ, ਜਿਹੜੇ ਕਰਮ ਆਪਣਾ ਅਸਰ ਨਹੀਂ ਪਾਉਂਦੇ, ਜਿਸ ਤਰ੍ਹਾਂ ਚਿੱਕੜ ਕਮਲ ਨੂੰ ਨਹੀਂ ਛੋਹ ਸਕਦਾ, ਇਸ ਤਰ੍ਹਾਂ ਭਰਮ ਜਿਹੜਾ ਸਤਿਗੁਰਾਂ ਦੇ ਚਰਨਾਂ ਨੂੰ ਨਹੀਂ ਪਾਉਂਦਾ ਸਾਧੂਆਂ ਦੇ ਚਰਨਾਂ ਨੂੰ, ਹਾਂਜੀ ਇਹੋ ਜਿਹੇ ਕਮਲ ਜਾਣੀਦਾ, ਕਿਉਂਕਿ ਕਮਲ ਨਾ ਵਿਸ਼ੇਸ਼ ਹੈ। ਇਸ ਕਰਕੇ ਕਵੀ ਜੀ ਨੇ ਦ੍ਰਿਸ਼ਟਾਂਤ ਵਾਸਤੇ ਵਰਤੇ ਹੈ, ਪਰ ਸਤਿਗੁਰੂ ਸਦਾ ਨਿਰਲੇਪ ਹੈ, ਆਨੰਦ ਸਰੂਪ ਹੈ। ਗੋਬਿੰਦ ਸਿੰਘ ਗੁਰੂ ਕਾ ਦਾਇਕ ਆਉਣ ਕੀ ਆਸ ਨਹੀਂ ਮਨ ਰਾਹੀ। ਸਤਿਗੁਰੂ ਜੀ ਜਿਹੜੇ ਗਾਤ ਕਲਿਆਣ ਦੇਣ ਵਾਲੇ, ਹੁਣ ਆਉਣ ਦੀ ਮਨ ਚ ਰਾਹੀ ਥੋੜ੍ਹਾ ਮਤਲਬ ਆਸ ਨੇ। ਚਾਤਰਕ ਚੀਤ ਮਹੂਰ ਮਹੂਰ ਅੱਠ ਸਵਾਨ ਦਿਦਾਰ ਕਵੈ ਇਹ ਪਾਈ, ਜਿਵੇਂ ਪਪੀਹਾ ਨਾ ਪਿਰਿਓ ਪਿਰਿਓ ਦੀ ਰੱਟ ਲਾਉਂਦਾ, ਇਸੇ ਤਰ੍ਹਾਂ ਹਾਂਜੀ ਇਹ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਤੇਰੇ ਵਾਸਤੇ ਚਿਤ ਮਹੂਰ ਵਾਰ ਵਾਰ ਇਹ ਪੁਕਾਰ ਕਰ ਰਹੇ ਹਾਂ, ਇਹਦਾ ਤੇ ਇਹ ਸਾਡਾ ਜਿਹੜਾ ਮਨ ਤਰਸ ਰਿਹਾ ਆਪ ਦੀ ਸੁਵੰਤੀ ਬੂੰਦ ਰੂਪੀ ਦੀਦਾਰ ਕਦੋਂ ਪਾਏਗਾ। ਜਿਵੇਂ ਉਹ ਪਪੀਹਾ ਸੁਵੰਤੀ ਬੂੰਦ ਨੂੰ ਤਰਸਦਾ ਨਾ ਮਹੂਰ ਵਾਰ ਵਾਰ ਹਾਂਜੀ ਰਾਟ ਲਾਉਂਦਾ, ਕੋਈ ਲਲ ਲਾਈ ਜਾਂਦਾ, ਇਸ ਤਰ੍ਹਾਂ ਅਸੀਂ ਵੀ ਵਾਰ ਵਾਰ ਇਹ ਬੇਨਤੀਆਂ ਕਰਦੇ ਹਾਂ ਤੁਹਾਡਾ ਦਰਸ਼ਨ ਕਦੋਂ ਹੋਏਗਾ। ਜੀਉ ਪਤੰਗ ਸਨੇਹ ਕੀ ਡੋਰ ਬਦਾ ਡਗਡੋਲ ਸੁਲਿਓ ਮਲਾਈ, ਇਹ ਮੇਰਾ ਪਤੰਗ ਰੂਪੀ ਜਿਹੜਾ ਜੀਵ ਹੈ ਪ੍ਰੇਮ ਦੀ ਡੋਰ ਨਾ ਵੱਜਿਆ, ਇਹ ਡਾਵਾਂ ਡੋਲ ਹੋ ਰਿਹਾ, ਇਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਦੇ ਵਿੱਚ ਮਲਾ ਲਓ। ਹਾਂਜੀ ਸਿੰਧ ਹਤਾਸ ਨੇ ਬਾਬਕੀ ਗਤ ਮੋਹ ਮਾਇਆ ਕਰ ਲਿਓ ਚਾਹੀ, ਇਹ ਸੰਸਾਰ ਦੀ ਜਿਹੜੀ ਗਤੀ ਹੈ ਇਹ ਜਿਹੜੀ ਜਿਵੇਂ ਸਮੁੰਦਰ 'ਚ ਬੜਵਾ ਅਗਨੀ ਹੁੰਦੀ ਹੈ ਉਹਦੇ ਵਾਂਗ ਸੰਸਾਰ ਦੇ ਵਿੱਚ ਕੀਰ ਖਤਰੇ ਦੀ ਆਗਿਆ ਕਿਰਪਾ ਕਰ ਦਿਆ ਕਰਕੇ ਸਾਨੂੰ ਹਤਾਸਨੇ ਸੱਗ ਤੋਂ ਬਚਾ ਲੈਣਾ ਕਰੋ, ਮਾਇਆ ਕਰ ਦਇਆ ਕਰਕੇ ਸਾਨੂੰ ਬਚਾ ਲਓ। ਸਿੰਧ ਹਤਾਸਨ, ਸਿੰਧ ਸਮੁੰਦਰ ਦੀ ਹਤਾਸਨ ਅੱਗ ਕਿਹੜੀ? ਬੜਵਾ ਅਗਨੀ। ਇਸ ਵਾਸਤੇ ਆਪਣੀ ਮਾਇਆ ਦਇਆ ਕਰਕੇ ਸਾਨੂੰ ਬਚਾ ਲਓ ਵਿਦ
ਦੋ ਘਰ ਬੰਦ ਕਰ ਬੰਧਨ ਗੋਬਿੰਦ ਸਿੰਘ, ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਨਮਸਕਾਰ ਕਰਦੇ ਹਾਂ। ਦੇ ਤੇ ਆਨੰਦ ਸੁੱਖਾਂ ਦਾ ਕਮਾਉਂਦੇ, ਆਨੰਦ ਦਿੰਦੇ ਆ ਸੁੱਖਾਂ ਦੇ ਕੰਧ ਬਦਲ ਆ ਅੱਗ ਮੰਦੇ, ਅੱਗ ਜਿਹੜੇ ਪਾਪ ਆ ਉਹਨਾਂ ਨੂੰ ਮਾਤ ਪਾ ਦੇਣ ਵਾਲੇ, ਨਾਸ਼ ਕਰਨ ਵਾਲੇ ਆ। ਸਿਆਲ ਅਤੇ ਮਿਰਗੰਧ ਪੱਟ ਬੀਜ ਨੇ ਦਰਿੰਦ ਕਰੇ, ਜਿਹੜੇ ਗਿੱਦੜਾਂ ਵਰਗੇ ਇਸ ਨੂੰ ਮਿਰਗੰਧ ਸ਼ੇਰ ਬਣਾਤਾ, ਜਿਹੜੇ ਪੱਟ ਬੀਜ ਨੇ ਯੁੱਗ ਨੂੰ ਸਗੇਟਣਾ ਨੇ ਸੂਰਜ ਵਾਂਗ ਕਰਦੇ, ਕੀਟ ਤੇ ਗਜੰਦ ਪੰਥ ਦਇਓਗਤ ਬੰਦ ਹੀ, ਕੀੜਿਆਂ ਤੋਂ ਹਾਥੀਆਂ ਤੋਂ ਪੰਥ ਦਇਓਗਤ ਬੰਦ ਹੀ, ਪੰਥ ਰਸਤਾ ਜਿਹੜਾ ਧਰਮ ਗਤ ਬੰਦ ਪੰਥ, ਮੁਕਤੀ ਦਾ ਰਸਤਾ ਭਾਵ ਖਾਲਸਾ ਪੰਥ ਜਿਹੜਾ ਇਹ ਸਾਜ ਦਿੱਤਾ ਹੈ। ਮਸ਼ਕਾ ਖਿ ਕਹਿੰਦੇ ਹਨ ਕਾਕ ਅਤੇ ਮਰਾਲ ਬਿੰਦ, ਮਸ਼ਕ ਮੱਛਰ ਤੋਂ ਖ ਗਿੰਦ ਗਰੜ ਵਾਂਗ ਬਣਾਤਾ, ਜਿਹਨੇ ਕਾਕ ਅਤੇ ਮਰਾਲ ਬਿੰਦ, ਜਿਹਨਾਂ ਨੇ ਕਾਮਾਂ ਤੋਂ ਮਰਾਲ ਹੰਸਾਂ ਵਰਗੇ ਬਣਾ ਦਿੱਤਾ, ਐਸੀ ਕਿਰਪਾ ਕਰਤੀ ਹੈ ਜਿਹੜੇ ਬਗਲੇ ਸੀ ਉਹਨਾਂ ਨੂੰ ਹਾਂਜੀ ਹੰਸਾਂ ਨੂੰ ਬਣਾ ਤਾ। ਬਿੰਦ ਮੈਨੇ ਸਮੂਹ ਜਿੰਨੇ ਵੀ ਉਹਨਾਂ ਦੀ ਸ਼ਰਨ 'ਚ ਆਏ ਹੈ ਹਾਂਜੀ, ਅਤੇ ਉਹਨਾਂ ਨੂੰ ਕਿਰਪਾ ਕਰਕੇ ਕਾਕ ਅਤੇ ਮਰਾਲ ਬਿੰਦ ਹਾਂਜੀ ਕਾਂ ਸੀ ਅਤੇ ਇਸ ਵਾਸਤੇ ਜਾਂ ਬਗਲੇ ਆ ਹੰਸਾਂ ਨੂੰ ਬਣਾ ਦਿੱਤਾ, ਕਿਰਪਾ ਕਰ ਦਿੱਤੀ ਹੈ। ਰੰਗ ਜੀ ਨਿਰਿੰਦ ਕਰੇ ਬੰਦ ਮੁਕਾਉਂਦੀ, ਜਿਹੜੇ ਕਗਾਲ ਸੀ ਬਾਦਸ਼ਾਹ ਬਣਾ ਤੇ, ਇਹ ਮੁਕਤੀ ਦਾ ਤੈਨੂੰ ਨਮਸਕਾਰ ਆ। ਸੁੰਦਰ ਮਖਾਨ ਸੋਹ ਸੁਖਨ ਸਿੰਘ ਹਾਂਜੀ ਇਹਨਾਂ ਕਲੰਕ ਜੋ ਸਮਾਨ ਹੋ ਚਾਹੁੰਦੇ, ਐਸੇ ਕਹਿੰਦੇ ਪ੍ਰਤਾਪ ਵਾਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੀ ਦਾ ਸੋਹਣਾ ਜਿਹੜਾ ਮੁਖੜਾ ਐਸਾ ਨਿਰਮਲ ਅਖੰਡ ਸੋਭਾ ਦੇ ਰਿਹਾ। ਜੇ ਕਹਿੰਦੇ ਚੰਦਰਮਾ ਆ ਕਲੰਕ ਹੁੰਦਾ ਤਾਂ ਮੁਖੜੇ ਵਰਗਾ ਸੁੰਦਰ ਕਹਿ ਲੈਣ ਜੋਗਾ ਹੋ ਜਾਂਦਾ, ਪਰ ਚੰਦ ਜਿਹੜਾ ਉਹ ਤੇਰੇ ਮੁਖੜੇ ਦੇ ਸਮਾਨ ਨਹੀਂ ਹੋ ਸਕਦਾ ਹੈ। ਤੋਸੋ ਨਹੀਂ ਦਾਤਾ ਕੋਈ, ਮੋਸੋ ਨੂੰ ਭਖਾਰੀ ਦੇਣ, ਤੁਹਾਡੇ ਵਰਗਾ ਦਾਤਾ ਕੋਈ ਨਹੀਂ, ਮੇਰੇ ਵਰਗਾ ਕੋਈ ਭਖਾਰੀ ਨਹੀਂ ਹੈ ਗੁਰੂ ਜੀ। ਤੋਸੋ ਨੂੰ ਦਿਆਲੂ ਦੁਖੀ ਮੋਸੋ ਨੂੰ ਲਾਈ, ਤੁਹਾਡੇ ਵਰਗਾ ਦਿਆਲੂ ਨਹੀਂ, ਮੇਰੇ ਵਰਗਾ ਕੋਈ ਦੁਖੀ ਨਹੀਂ ਹੈ, ਲਾਈਏ ਨਹੀਂ ਵਿਚਾਰੀ ਦਾ। ਮੋਸੋ ਨਹੀਂ ਕਿਰਤ ਕਰਨ ਤੋਸੋ ਭਖਾਰੀ ਨਾ, ਮੇਰੇ ਵਰਗਾ ਕਿਰਤ ਕਰਨ ਕੋਈ ਨਹੀਂ, ਤੁਹਾਡੇ ਵਰਗਾ ਪਰਪਕਾਰੀ ਕੋਈ ਨਹੀਂ। ਮੋਸੋ ਨੂੰ ਨਾਥ ਨਾ ਤੈਸ ਨੂੰ ਤਾਈ, ਮੇਰੇ ਵਰਗਾ ਨਾਥ ਕੋਈ ਨਹੀਂ, ਤੁਹਾਡੇ ਵਰਗਾ ਨਾਥ ਮਾਲਕ ਕਹਿ ਕੇ ਨਹੀਂ ਦੱਸਿਆ ਜਾਂਦਾ। ਔਗਣੀ ਨੂੰ ਮੋਸੋ ਕੋਈ ਗੁਣਵਾਨ ਤੋਸੋ ਨੇ, ਮੇਰੇ ਵਰਗਾ ਕੋਈ ਔਗਣ ਹਾਰਾ ਨਹੀਂ, ਤੁਹਾਡੇ ਵਰਗਾ ਕੋਈ ਗੁਣਵਾਨ ਨਹੀਂ। ਜਾਪਤਾ ਵਰਤ ਮੋਸੋ ਇਹ ਕਹਿਣਾ ਪਰ ਨਾ ਜਾਪਿਆ ਨਾ ਤਾਪਿਆ ਨਾ ਕੋਈ ਵਰਤ, ਇੱਕ ਗੁਣ ਨਹੀਂ ਪਾਇਆ ਜਾਂਦਾ ਮੇਰੇ ਵਿੱਚ। ਕਵ ਆਇਓ ਹੈ ਸ਼ਰਨ ਗਏ ਤਾਇ ਕੇ ਚਰਨ, ਕਵੀ ਤੁਹਾਡੀ ਸ਼ਰਨ ਹੈ ਦੌੜ ਕੇ ਤੁਹਾਡੇ ਚਰਨ ਗ੍ਰਹਿਣ ਕਰ ਲਿਆ। ਗੁਰ ਤਾਰਨ ਤਰਨ ਦੇ ਜਹਾਜ਼ ਦੇ, ਇਹ ਪਾਤਸ਼ਾਹ ਤੁਸੀਂ ਪਾਪਿਆਂ ਨੂੰ ਤਾਰਨ ਵਾਲੇ ਜਹਾਜ਼ ਰੂਪ ਹੈ, ਸਾਨੂੰ ਆਪਣਾ ਮਿਹਰ ਦਾ ਹੱਥ ਦੇ ਕੇ ਬਚਾ ਲਓ। ਕਵਿਤ ਅੰਤਰ ਕੀ ਪਾਸ ਨੂੰ ਬਚਾਏ ਨੇ ਦਸ ਨੂੰ, ਜਮਾਂ ਦੀ ਜਿਹੜੀ ਫਾਹੀ ਆਪਣੇ ਦਸਾਂ ਨੂੰ ਬਚਾ ਲਓ। ਆਦਮੇ ਸਾਨੂੰ ਰੁੱਟ ਤਰੰਗ ਹੱਥ ਵਿੱਚ ਕਮਾਉਣ ਫੜੀ ਹੈ, ਘੋੜੇ 'ਤੇ ਸਵਾਰ ਹੋ ਕੇ ਕਮਲ ਵਿਸਾਲ ਦਾ ਲੋਚਨ ਦਿਆਲ ਕਰ। ਹਾਂਜੀ ਤੁਹਾਡੇ ਜਿਹੜੇ ਲੋਚਨ ਆ ਜਿਵੇਂ ਕਬਲ ਦੇ ਚੌੜੇ ਪੱਤੇ, ਇਸ ਤਰ੍ਹਾਂ ਦਿਆਲੂ ਬੜੇ ਸੁੰਦਰਤਾ ਲੋਕਾਂ ਵੱਲੋਂ ਕਹਿ ਸ਼ੋ ਕਰ ਸੰਗ ਫੇਸ ਕਰਕੇ ਕਹਿੰਦੇ ਆ ਇਹ ਪਾਤਸ਼ਾਹ ਤੁਹਾਡਾ ਜਿਹੜਾ ਦਰਸ਼ਨ ਆ ਉਹ ਕਰਕੇ ਹੱਥ ਵਿੱਚ ਤਨਖ ਵਾਣ ਲਈ ਘੋੜੇ ਚੜ ਸਵਾਇਮਾਨ ਹੋ ਰਿਹਾ, ਔਰ ਵੱਡੇ ਕਮਲ ਦੀ ਪੰਖੜੇ ਤੁਹਾਡੇ ਸੁੰਦਰ ਮਿੱਤਰ ਐਸੇ ਦਿਆਲੂ ਆ ਕਲਯੁਗ ਦੇ ਲੋਕਾਂ ਨੂੰ ਹਾਂਜੀ ਆਪਣੇ ਤੱਕਣ ਦੇ ਨਾਲ ਹੀ ਸੁਖੀ ਕਰ ਦਿੰਦੇ ਹਾਂ, ਸੁੱਖ ਦੇਣ ਵਾਲੇ ਹਾਂਜੀ। ਔਰ ਸ਼ੋਕ ਜਿਹਨੂੰ ਦੇਖਦੇ ਹਾਂ ਸ਼ੋਕ ਤੋਂ ਰਹਿਤ ਕਰ ਦਿੰਦੇ ਹਾਂ। ਸੋਚਣ ਵੋਚਣ ਕੋ ਪੋਚਣ ਸੰਕੋਚ ਆ, ਸੋਚਾਂ ਨੂੰ ਕੱਟ ਦਿੰਦੇ ਹਾਂ। ਔਰ ਫਿਰ ਹਾਂਜੀ ਜਿਹੜੇ ਦੁਖੀ ਦਰਦ ਨੇ ਸੋਚਾਂ ਨੂੰ ਦੂਰ ਕਰਨ ਵਾਲੇ, ਤੁਹਾਡਾ ਦਰਸ਼ਨ ਦੇ ਕੇ ਸੰਸਾਰ ਦੇ ਬੁਰੇ ਲੋਕ ਭੈ ਨਾਲ ਸੰਕੋਚ ਖਾ ਜਾਂਦੇ ਆ। ਹਾਂਜੀ ਬਮੋਚਨ ਕੋ ਪੋਚਨ, ਔਰ ਜਿਹੜੇ ਬੁਰੇ ਲੋਕ ਆ ਉਹ ਫਿਰ ਪੋਚਨ, ਹਾਂਜੀ ਜਿਹੜੇ ਨੀਚ ਬੁਰੇ ਲੋਕ ਆ ਉਹ ਮੁੜ ਕੇ ਤੱਕਦੇ ਨਹੀਂ ਹੈਗੇ। ਹਾਂਜੀ
ਜਾਤੀ ਗੱਲ ਨੀਵੇਂ ਆ, ਜਿਹਨੂੰ ਸੰਕੋਚ ਨਹੀਂ ਸੀ, ਇਸ ਵਾਸਤੇ ਨੀਵੇਂ ਉਹ ਸੰਕੋਚ ਦਿੱਤੇ, ਹਟਾ ਦਿੱਤੇ, ਅੰਮ੍ਰਿਤ ਛਕਾ ਕੇ ਉੱਚੇ ਕਰ ਦਿੱਤੇ। ਨੀਚ ਲੋਕ ਬੁਰੇ ਸੀ, ਹਾਂਜੀ, ਉਹਨੂੰ ਵੇਖ ਕੇ ਸੰਕੋਚੇ ਸ਼ਰਮਿੰਦੇ ਹੋ ਗਏ। ਨਵਾਂ ਪੰਥ ਧਾਰੀ ਵੇਲੇ ਹਰੀ ਅੰਗ ਅੰਗ ਕੇ, ਨਵਾਂ ਪੰਥ ਧਾਰਿਆ ਅੰਗ ਅੰਗ ਵੇਲੇ ਹਾਰ ਜਾਂਦੇ ਹਾਂ। ਪਾਕ ਜਗ੍ਹਾ ਸੰਖਾ ਜੇ ਮਾਣਕ ਸੁਰੰਗ ਰੰਗ, ਬਾਹਰੋਂ ਮੈਂ ਮੰਗ ਮਨ ਕਲ ਗਈ ਉਹ ਤੰਗ ਕੇ। ਇਹ ਸੱਚੇ ਪਾਤਸ਼ਾਹ ਸੋਚਾਂ ਨੂੰ, ਫਿਕਰ ਗਮਾਂ ਨੂੰ, ਇਹ ਹਿੰਦੂਆਂ 'ਤੇ ਜ਼ੁਲਮ ਸੀ, ਹਰ ਵੇਲੇ ਚਿੰਤਾ ਹੁਣ ਕਿਵੇਂ ਹੋਏਗਾ, ਮੰਦਰ ਢਾਹ ਢਾਹ ਕੇ ਮਸੀਤਾਂ ਬਣਾ ਤੀਆਂ, ਤਿਲਕ ਚੱਟ ਲੈਣਾ ਹੁਣ ਤੋਂ ਸਾਹਮਣੇ ਰਹਿ ਗਿਆ, ਜੰਝੂ ਤੋੜ ਤੋੜ ਕੇ ਅਤੇ ਮੁਸਲਮਾਨ ਬਣਾ ਰਿਹਾ। ਉਹਨੇ ਸੋਚਾਂ ਨੂੰ ਵਚਨ ਕੱਟਣ ਵਾਲੇ, ਔਰ ਫਿਰ ਇਸ ਪ੍ਰਕਾਰ ਉਹ ਜਿਹੜੇ ਦੁਖੀ ਸੀ ਭੈਣ ਸੰਕੋਚ ਗਏ, ਪੰਥ ਨੂੰ ਰਚਣ ਵਾਲੇ ਤੇਰੇ ਦਰਸ਼ਨ ਦੇ ਕੇ ਅੰਗ ਅੰਗ ਤੋਂ ਸਦਕੇ ਬਲਿਹਾਰ ਜਾਂਦੇ, ਔਰ ਜਿਹੜੀ ਆਪਦੀ ਦਸਤਾਰ ਆ ਉਹ ਤੋਂ ਵੀ ਸਦਕੇ ਬਲਿਹਾਰ ਜਾਂਦੇ। ਜਿਸ ਉਹਦੇ ਸੋਹਣੇ ਰੰਗ ਰੰਗ ਦੇ ਰਤਨਾਂ ਨਾਲ ਜੜੀ ਹੋਈ ਜਗ੍ਹਾ ਜਿਹੜੀ ਹੈ, ਔਰ ਕਲਗੀ ਹੈ ਸੋਭਾ ਪਾ ਰਹੀ, ਉੱਚੀ ਕਲਗੀ ਸੋਭਾ ਦੇ ਰਹੀ, ਉਹ ਤੋਂ ਮੇਰੀ ਉਮੰਗ ਹੈ ਆਪਣਾ ਇਹ ਮਨ ਜਿਹੜਾ ਮੋਇਆ ਹੋਇਆ ਵਾਰਦਿਆਂ ਕੁਰਬਾਨ ਕਰਦਿਆਂ। ਜਗ੍ਹਾ ਮੈਨੂੰ ਦਸਤਾਰ 'ਤੇ ਪਹਿਨਣ ਦਾ ਇੱਕ ਰਾਜਸੀ ਗਹਿਣਾ ਹੁੰਦਾ, ਉਹ ਜੜਿਆ ਹੋਇਆ, ਉਹ ਤੰਗ ਮੈਨੇ ਉੱਚੀ ਹੈ, ਇਸ ਵਾਸਤੇ ਆਪਣਾ ਮਨ ਜਿਹੜਾ ਕੁਰਬਾਨ ਕਰਦੇ ਹਾਂ। ਸੋਈ ਜਾ ਛਬ ਛਬ ਛਲੈਨ ਚਾਰ ਛਕੀ ਕੱਟ ਅਤੇ ਤੱਟ ਕਾਸ਼ ਕਸ਼ੀ ਵਿਧਿਆ ਅੱਛੀ। ਛਬ ਮੈਨੇ ਸੁੰਦਰਤਾ, ਛਾਪਾਂ ਮੁੰਦੀਆਂ ਨਗ ਜੜੇ ਜਿਹਦੇ ਵਿੱਚ ਉਹ ਥੇਵੇ 'ਚ ਅੱਖਰ ਜਿਹਾ ਉੱਕਰੇ ਹੁੰਦੇ ਮੋਹਰ ਹੁੰਦੀ ਹੈ, ਛਲੈਨ ਛੱਲੇ ਜਿਹੜੇ ਸਾਦੇ ਹੁੰਦੇ ਗੋਲ ਹੁੰਦੇ, ਚਾਰ ਸੁੰਦਰ ਛਕੀ ਛਕਨ ਅਸਚਰਜ। ਛਕੀ ਦਾ ਭਾਵ ਕੀ ਹੈ, ਬਸ ਮਾਦ ਵਿੱਚ ਲੈ ਜਾਂਦੀ ਹੈ ਰਸ ਦੀ ਦਾਤੀ, ਕੱਟ ਲੱਖ ਤੱਟ ਦੇਣ ਕੋਲ ਕਾਸ਼ ਮੈਨੇ ਕਸ਼ਹਿਰਾ ਕੱਛੀ ਪਹਿਨੀ ਹੋਈ, ਕਾਸ਼ ਨਾ ਮੈਨੇ ਪਹਿਨਣ ਆਛੀ ਚੰਗੀ ਵਿਧੀ ਦੇ ਨਾਲ। ਹੁਣ ਕਵੀ ਦੱਸਦੇ ਹੈ ਵੀ ਰਸ ਆਸਣ, ਉਹਨਾਂ ਦੇ ਦਰਸ਼ਨ ਦਾ ਅਲੰਕਾਰ ਬਣਦੇ, ਉਹਨਾਂ ਛਾਪਾਂ ਦੀ ਜਿਹੜੀ ਛੱਬੀ ਹੈ, ਛੱਲਿਆਂ ਦੀ ਸੁੰਦਰਤਾ, ਜਿਹੜੇ ਦਰਸ਼ਨ ਕਰਨ ਵਾਲੇ ਪ੍ਰੇਮੀਆਂ ਨੂੰ ਉਹ ਬਿਸਮਾਦੀ ਰਸ ਦਾ ਦਾਨ ਕਰ ਰਹੀ ਹੈ, ਉਹਨਾਂ ਦੇ ਕੱਟ ਲੱਕ ਉੱਤੇ ਵਿਧੀ ਨਾਲ ਮਰਜਾਦਾ ਨਾਲ ਜਿਹੜੀ ਕਾਸ਼ ਹੈ ਪਹਿਨੀ ਹੋਈ ਹੈ। ਇਹ ਨਹੀਂ ਪਈ ਕੋਈ ਪਹੁੰਚਾ ਜਾ ਉੱਧਰ ਲਟਕਣ ਡਿਆ ਕੁਧਰ, ਵਿਧੀ ਦੇ ਨਾਲ ਹਾਂਜੀ ਕਾਸ਼ ਜਿਹੜੀ ਕਸ਼ਹਿਰਾ ਸਜਾਇਆ ਹੋਇਆ, ਕਰ ਕੰਕਨ ਕੰਚਨ ਹੀਰ ਗਚੇ ਵਿੱਚ ਚੰਚਲ ਲੋਚਨ ਜਿਉਂ ਜਨਮ ਮੱਛੀ। ਫੇਰ ਕੱਸੀ ਹੋਈ ਕਾਸ਼ ਨਾ ਪਹਿਨ ਅੱਛੀ ਅੱਛੀ ਵੀ ਦੇਣਾ ਚੰਗੀ ਦਿਨ, ਕਰ ਹੱਥ ਕੰਕਨ ਕੜੇ ਕੰਚਨ ਸੋਨ ਹੀਰ ਹੀਰੇ ਗਚੇ ਮੈਨੇ ਜੜੇ ਹੋਏ, ਹੀਰਿਆਂ ਨਾਲ ਜੜੇ ਹੋਏ ਜਿਹੜੇ ਸੋਨੇ ਦੇ ਕੜੇ ਆ ਆਪ ਜੀ ਨੇ ਹੱਥਾਂ 'ਚ ਪਾਏ ਆ, ਦਰਸ਼ਨ ਨਾਲੇ ਨੈਣ ਉਹਨਾਂ ਹੀਰਿਆਂ ਚਮਕ ਇਉਂ ਚੰਚਲਿਆ ਜਿਵੇਂ ਜਲ ਦੇ ਵਿੱਚ ਮੱਛੀ, ਹਾਂਜੀ ਚੰਚਲਤਾ ਕਰਦੀ, ਉਹ ਹੀਰਿਆਂ ਦੀ ਦਮਕ ਵਿੱਚ ਨਜ਼ਰ ਨਹੀਂ ਟਿਕਦੀ, ਐਸੇ ਹੈਗੇ। ਹਾਂਜੀ ਗਰ ਪਰਾਬ੍ਰਿਤ ਨੀਵ ਮਨੋਗ ਬਣਿਓ ਵਰ ਚੀਰਨ ਕੀ ਕਰ ਪੋਸ਼ਿਸ਼ ਕਛ, ਹਾਂਜੀ ਗਚਨਾ ਹੁੰਦਾ ਜੜਿਆ ਹੁੰਦਾ ਚਾਂਚਲ ਮੈਨੇ ਨਜ਼ਰ ਅਟੇਕ ਮਿੰਟੇ ਕਰਨਾ ਲੋਚਨ ਨੇਤਰ ਨਜ਼ਰ ਨਹੀਂ ਟਿਕਦੀ, ਗਰ ਗਲ ਦੇ ਵਿੱਚ ਪਰਾਬ੍ਰਿਤ ਮੈਨੇ ਚੋਲਾ ਜਿਹੜਾ ਉੱਪਰਲਾ ਜਾਮਾ ਪਾਇਆ, ਹਾਂਜੀ ਨੀਵਾਂ ਇਹ ਸੰਸਕ੍ਰਿਤ ਦਾ ਪਰਾਬ੍ਰਿਤ ਮਨ ਨੂੰ ਹਰਨ ਵਾਲਾ ਮਨੋਗ, ਬਰ ਬੜਾ ਸੁੰਦਰ ਵਧੀਆ। ਹਾਂਜੀ ਚੀਰਨ ਮੈਨੇ ਕੱਪੜੇ ਕਾਸ਼ੀ ਪਹਿਨੇ ਆ ਖਾਰ ਤਿੱਖਾ, ਇਸ ਵਾਸਤੇ ਹੁਣ ਕਿ ਦੱਸ ਰਿਹਾ ਕਿ ਗਲੇ ਦੇ ਵਿੱਚ ਨੀਵਾਂ ਜਾਮਾ ਜਿਹੜਾ ਪਾਇਆ ਮਨ ਨੂੰ ਬੜਾ ਪ੍ਰਸੰਨ ਕਰਨ ਵਾਲਾ ਫਬ ਰਿਹਾ, ਚੰਗੇ ਵਧੀਆ ਕੱਪੜਿਆਂ ਦੀ ਬਣੀ ਹੋਈ ਹੋਰ ਸਾਰੀ ਪੁਸ਼ਾਕ ਜਾਮਾ ਪਹਿਨਿਆ ਹੋਇਆ। ਫਿਰ ਅੱਗੇ
ਖਰ ਤੀਰ ਧਰੇ ਕਰ ਫੇਰ ਦੇ ਹੇਰ ਤੇ ਦੇਹ ਧਰੇ ਨਰ ਪੂਰਨ ਸੱਚੀ। ਦੇਖਾ ਤੀਰ ਜਿਹੜਾ ਹੱਥ 'ਚ ਲੈ ਕੇ ਉਹਨੂੰ ਪਾਤਸ਼ਾਹ ਘੁਮਾ ਰਹੇ ਹੈ, ਘੁੰਮਦੇ ਹੋਏ ਦੇਖ ਰਿਹਾ। ਕਹਿੰਦੇ ਇਸ ਤਰ੍ਹਾਂ ਪੂਰਨ ਦ੍ਰਿਸ਼ਟਾ ਜਿਹੜੇ ਆ, ਕਹਿੰਦੇ ਆਪ ਜੀ ਨੇ ਮਨੁੱਖਾਂ ਵਾਲੀ ਦੇਹ ਧਾਰੀ ਹੋਈ ਹੈ, ਇਸ ਤਰ੍ਹਾਂ ਬੀਰ ਆਸਣ ਲਾ ਕੇ ਬੈਠੇ ਹੈ, ਐਸੇ ਯੋਧੇ ਹੈ ਕਿ ਉਹਨੂੰ ਆਪਣਾ ਤੀਰ ਜਿਹੜਾ ਘੁਮਾ ਰਹੇ ਹੈ। ਘੱਟ ਸੋਪਟ ਤੇਗ ਨਿਖੰਕ ਸੇ ਮੁੱਖ ਮੰਦ ਹਸੇ ਦਮ ਕਹਿ ਕੇ ਛਟਾ ਹੀ। ਘੱਟ ਲੱਕ ਦੇ ਨਾਲ ਪੱਟ ਕੱਪੜਾ ਲੱਕ ਨਾਲ ਬੰਨ੍ਹਿਆ ਕਮਰ ਕੱਸਾ, ਤੇਗ ਤਲਵਾਰ ਨਿਖੰਗ ਕੱਸੇ, ਹਾਂਜੀ ਅਤੇ ਨਿਖੰਗ ਮੈਨੇ ਤੀਰਾਂ ਦਾ ਪੱਥਾ ਜਿਹੜਾ ਕੱਸਿਆ ਹੋਇਆ। ਮੁੱਖ ਮੰਦ ਹਸੇ ਦਮ ਕਹਿ ਕੇ ਛਟਾ ਸੀ, ਮੁਖਾਰ ਬਿਨ ਤੂੰ ਹੌਲੀ ਹੌਲੀ ਮੁਸਕਰਾਉਂਦੇ ਹਾਂ ਔਰ ਮੁੱਖ ਮੰਦੇ ਮੂੰਹ ਤੋਂ ਹੱਸਦੇ ਹਾਂ। ਇਹ ਮੈਨੂੰ ਛਟਾ ਮੈਨੇ ਬਿਜਲੀ ਜਿਹੜੀ ਹੈ, ਹਾਂਜੀ ਉਹ ਦਮਕ ਰਹੀ ਹੈ, ਚਮਕ ਰਹੀ ਹੈ। ਕਿਹਾ ਸੀ ਮਨਮੋਹਣੀ ਮੂਰਤੀ ਦਰਸ਼ਨ ਹੈ, ਅਤੇ ਲੱਕ ਨਾਲ ਕਮਰ ਕੱਸਾ, ਤਲਵਾਰ ਪੱਥਾ ਕੱਸੇ, ਮੁਖੜੇ ਤੋਂ ਮੁਕਸਰਾਰ ਹੈ, ਮਨ ਨੂੰ ਬਿਜਲੀ ਜਿਹੜੀ ਹੈ ਚਮਕ ਰਹੀ ਹੈ। ਮੁਕਤਾ ਕਰ ਮਾਲ ਵਿਸਾਲ ਬਣੇ ਸ਼ਮਸ਼ਰਾਸ਼ਨ ਸਿਆਮ ਭਲੇ ਉਪਮੇ, ਗਲ ਵਿੱਚ ਮੋਤੀਆਂ ਦੀ ਮਾਲਾ ਪੱਟੀ ਪਾਈ ਹੋਈ ਬਣੀ ਹੋਈ, ਅਤੇ ਜਿਹੜਾ ਸ਼ਮਸ਼ਰਾਸ਼ਨ ਸਿਆਮ ਭਲੇ ਉਪਮੇ ਜਿਹੜਾ ਦਾੜਾ ਹੈ ਕਾਲੇ ਰੰਗ ਦਾ ਫਲਾ, ਐਸੀ ਵੀ ਉਪਮਾ ਬਣੀ ਹੋਈ ਹੈ। ਉਹਨਾਂ ਮੁੱਖ ਚਿਹਰਾ ਜਿਹੜਾ ਸ਼ਮਸਰ ਮੈਨੇ ਦਾੜਾ ਸਿਆਮ ਕਾਲਾ, ਕਿਉਂ ਉਸ ਵੇਲੇ ਨੌਜਵਾਨ ਉਮਰ ਹੈ। ਇਸ ਵਾਸਤੇ ਗਲ ਮੋਤੀਆਂ ਦੀ ਮਾਲਾ ਬੜੀ ਫਵ ਰਹੀ ਹੈ, ਚਿਹਰੇ 'ਤੇ ਕਾਲੀ ਦਾੜੀ ਸੋਭਾ ਪਾ ਰਹੀ ਹੈ, ਚੰਗੀ ਉਪਮਾ ਦੇਣੀ ਇਉਂ ਬਣਦੀ ਹੈ। ਇਸ ਪ੍ਰਕਾਰ ਅੱਗੇ ਦੱਸਦੇ ਹੈ, ਹਿਤ ਸੋ ਤਮ ਸੋਮ ਕੇ ਪਾਸ ਵਸਿਓ ਮੁੱਖ ਪੰਕਜ ਮੈਂ ਮਦ ਪੁੰਜ ਸੁਹਾਹੀ। ਫਿਰ ਕਹਿੰਦੇ ਕਿ ਪਿਆਰ ਦੇ ਨਾਲ ਜਿਹੜਾ ਹਨੇਰਾ ਉਹ ਚੰਦਰਮਾ ਦੇ ਕੋਲ ਵੱਸ ਗਿਆ, ਮੁੱਖ ਰੂਪੀ ਕਮਲ ਉੱਤੇ ਮਨ ਨੂੰ ਭੌਰਿਆਂ ਦੇ ਝੁੰਡ ਜਿਹੜੇ ਸੋਭਾ ਪਾ ਰਹੇ ਆ, ਐਸਾ ਨਜ਼ਰ ਆ ਰਿਹਾ। ਸੋਮ ਮੈਨੇ ਚੰਦਰਮਾ, ਮੁੱਖ ਪੰਕਜ ਮੁਖਾਰ ਬਿੰਦ, ਤਮ ਹਨੇਰਾ ਮਦ ਪੁੰਜ, ਭੌਰਿਆਂ ਦੇ ਜਿਹੜੇ ਝੁੰਡ ਆ ਸੁਹਾਹੀ ਸੋਭ ਰਹੇ ਆ। ਹਿੱਤ ਸੁਣ ਤਮ ਸੁਮ ਕੇ ਪਾਸ ਮੁੱਖ ਪੰਕਜ ਮੈਂ ਮਦ ਪੁੰਜ ਸੁਹਾਈ, ਮੁੱਖ ਦੇ ਉੱਤੇ ਭੌਰਿਆਂ ਦੇ ਪੰਜ ਸੋਭਾ ਪਾ ਰਿਹਾ। ਆਵਾਨ ਕਿਹਾ ਆਸ ਨਿਰਾਸ ਪਈ ਕਲਗੀ ਦਰਵਾਸ ਕੇ ਮਨਵਾਈ। ਹੁਣ ਕਹਿੰਦੇ ਹੋਰ ਜਿੰਨੀਆਂ ਵੀ ਆਸਾਂ ਉਹਨਾਂ ਨੂੰ ਨਿਰਾਸ ਹੋ ਗਏ, ਕਲਗੀ ਧਰ ਨੇ ਸਾਡੇ ਮਨ 'ਚ ਨਿਵਾਸ ਕਰ ਲਿਆ, ਤਾਂ ਉਹਨਾਂ ਦੀ ਸਾਰੀ ਕਿਰਪਾ ਉਹਨਾਂ ਅੱਗੇ ਅਰਦਾਸ ਹੈ, ਉਹ ਆਪਣੇ ਚਰਨਾਂ ਦਾ ਪਿਆਰ ਬਖਸ਼ਣ। ਫੂਲ ਜੋ ਚੂਕ ਪਈ ਹਮ ਤੇ ਗੁਰ ਕੈਂਕਰ ਸੋ ਤੁਮ ਤੇ ਬਖਸ਼ਾਵਤ, ਜਿਵੇਂ ਤੋਂ ਕੈਂਕਰ ਅਰਦਾਸ ਫੁੱਲ ਚੁੱਕ ਹੋ ਗਈ ਹੈ, ਪਾਤਸ਼ਾਹ ਤੋਂ ਤੁਮ ਬਖਸ਼ਾ ਰਿਹਾ ਹਾਂ। ਲਾਜ ਰੱਖੋ ਨਹੀਂ ਨਾਮ ਹੈ ਕਿ ਸਿੱਖ ਮੈਂ ਤੁਮਰੋ ਜਾ ਕੇ ਮੈਂ ਖਾਓ, ਆਪਣੇ ਨਾਂ ਦੀ ਲਾਜ ਰੱਖੋ, ਸੰਸਾਰ ਦੇ ਮੈਂ ਤੁਹਾਡਾ ਸਿੱਖ ਕਹਾਉਂਦਾ। ਤੂੰ ਬਖਸ਼ੰਤ ਸਦਾ ਸੁਖਦਾ ਮੋਹ ਮਨ ਨਾ ਹੀ ਵਿਖਾ ਛੁੱਟ ਗਿਆ। ਹੇ ਪਾਤਸ਼ਾਹ ਇਹ ਮੇਰਾ ਮਨ ਵਿਕਾਰਾਂ ਵੱਲੋਂ ਛੁਟਕਾਰਾ ਨਹੀਂ ਪਾਉਂਦਾ, ਸੁੱਖਾਂ ਨੂੰ ਦਾਤਾ ਹੈ, ਤੁਸੀਂ ਸਦਾ ਹੀ ਬਖਸ਼ਿੰਦੇ ਹੋ, ਬਖਸ਼ਾਂ ਕਰਨ ਵਾਲੇ ਸੁੱਖ ਦੇਣ ਵਾਲੇ। ਲੋਹੇ ਤੇ ਹੇਮ ਰਿੰਡ ਦੇ ਚੰਦਨ, ਮਨੁੱਖ ਤੇ ਸੁਰ ਤੂੰ ਹੀ ਬਣਾਵਤ, ਮਨੁੱਖ ਤੇ ਸੁਰ ਤੂੰ ਹੀ ਬਣਾਵਤ। ਲੋਹੇ ਤੋਂ ਸੋਨਾ, ਰਿੰਡ ਤੋਂ ਚੰਦਨ, ਮਨੁੱਖ ਤੇ ਦੇਵਤੇ ਤੁਸੀਂ ਹੀ ਬਣਾਉਣ ਵਾਲੇ ਹੈ। ਇਹ ਬਰਕਤਾਂ ਆਪ ਜੀ ਦੇ ਵਿੱਚ ਹੀ ਆ, ਆਪ ਕਿਰਪਾ ਕਰਕੇ ਇਹ ਬਖਸ਼ਿਸ਼ ਜਿਹੜੀ ਹੈ ਪਾਤਸ਼ਾਹ ਕਰ ਦਿਓ, ਤੁਹਾਡੀ ਕਿਰਪਾ ਤੋਂ ਇਹਨਾਂ ਕੁਝ ਨਹੀਂ ਹੋ ਸਕਦਾ ਹੈ। ਫਿਰ ਸੁੰਦਰਤਾ ਸਾਲ ਕਰ, ਕਰਮ ਵਿਸਾਲ ਕਰ, ਕਰ ਮਤ ਚਾਲ ਧਰ ਪੁਰਖ ਮਤੋਰੀਆ। ਸੁੰਦਰਤਾ ਸਾਲ, ਸੁੰਦਰਤਾ ਕਰ, ਬਹੁਤ ਸੁੰਦਰ ਕਰ, ਹੱਥ ਬੰਨ ਕਰ, ਹਾਥੀ ਦਾ ਬੱਚਾ ਜਿਵੇਂ ਨੌਜਵਾਨ ਕਰ ਫੰਡ ਕਰ ਕਰੀ ਹਾਥੀ। ਸੁੰਦਰਤਾ ਸਾਲ ਕਰ, ਕਰਵ ਵਿਸਾਲ ਕਰ, ਇਸ ਵਾਸਤੇ ਜਿਹੜਾ ਹੁਣ ਅਲੰਕਾਰ ਬਣ ਕੇ ਦੱਸਦੇ ਆ ਕਿ ਕਿਸ ਤਰ੍ਹਾਂ
ਤੁਹਾਡੀ ਜਿਹੜੀ ਲੀਲਾ ਹੈਗੀ ਹੈ ਇਹ ਨਿਰੰਕਾਰ ਸਰੂਪ ਸਤਿਗੁਰੂ, ਤੁਸੀਂ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਆ, ਮਸਤ ਹਾਥੀ ਮੂੰਹ ਗੰਭੀਰ ਚਾਲ ਤੁਰਨ ਵਾਲੇ ਆ, ਆਪਣੀਆਂ ਜਿਵੇਂ ਨੌਜਵਾਨ ਹਾਥੀ ਦਾ ਸੁੰਡ ਵਰਗੀਆਂ ਲੰਮੀਆਂ, ਹਾਂਜੀ ਸੁੰਦਰ ਸੁਡੌਲ ਬਾਹਾਂ ਨਾਲ ਤੁਰਕਾਂ ਰੂਪੀ ਜਿਹੜਾ ਬੂਟਾ ਸੀ, ਹਾਂਜੀ ਕਰ ਮੱਤ ਚਾਲ ਤਰ ਤੁਰਕਨ ਤੋਰੀਆ, ਉਹਨੂੰ ਤੋੜ ਦਿੱਤਾ ਹੈ। ਹਿੰਦ ਅਵਲੰਬ ਤਾਰੇ ਪਵ ਨੇਦ ਅੰਬ ਸਭ ਦੁਸ਼ਟਨ ਦੰਡ ਹਰ ਰੂਪ ਗੁਰਮੁਰੇ। ਹਿੰਦੂਆਂ ਦਾ ਆਸਰਾ ਤਾਰੇ ਆ ਸੰਸਾਰ ਸਗੋਂ, ਅੰਬ ਸੰਸਾਰ ਸਮੁੰਦਰ ਤੋਂ, ਹਾਂਜੀ ਦੁਸ਼ਟਨ ਦੰਡ ਦੇਣ ਵਾਲੇ ਹਰੀ ਰੂਪ ਸਤਿਗੁਰੂ ਮੇਰੇ, ਹਾਂਜੀ ਕਿਉਂਕਿ ਦੁਸ਼ਟਨ ਦੰਡ ਦੇ ਕੇ ਇਹ ਹਰੀ ਰੂਪ ਮੇਰੇ ਸਤਿਗੁਰੂ ਤੁਹਾਡੇ ਆਸਰੇ ਜਿਹੜੇ ਆਏ ਹਿੰਦੂ ਸੰਸਾਰ ਸਮੁੰਦਰ ਤੋਂ, ਪਾਣੀ ਸਮੁੰਦਰ ਰੂਪੀ ਪਾਣੀਆਂ ਤੋਂ ਤੁਸੀਂ ਤਾਰ ਦਿੱਤਾ ਹੈ। ਕਿੰਗ ਕਰੋ ਤਾਰ ਪਾਰ ਦੀਜੀਏ ਦਾਰ ਨਿਜ, ਲਾਗੀ ਹੈ ਤੇਰੇ ਨਾਮ ਤਾਰ ਛੋਰੀ ਆਸੂ। ਦਾਸ ਨੂੰ ਬਾਰਾ ਤਾਰਾ ਦਿਓ, ਆਪਣਾ ਦਿਦਾਰ ਬਖਸ਼ੋ, ਤੇਰੇ ਨਾਮ ਦੀ ਤਾਰ ਲੱਗੀ ਹੈ ਹੋਰ ਆਸਾਂ ਛੱਡ ਦਿੱਤੀਆਂ। ਪਰਿਓ ਦੁਆਰ ਸਵੇ ਥਾਵ ਨਿਰਤਾਰ ਕਰ, ਮੋਖੋ ਦੁਆਰ ਤੋਂ ਮੈਨੂੰ ਕਰ ਜੋੜੀ। ਹੇ ਸਤਿਗੁਰੂ, ਦਾਸ ਨੇ ਸਾਰੀਆਂ ਥਾਵਾਂ ਪਰਖ ਕੇ ਦੇਖ ਲਈਆਂ। ਪਰਿਓ ਦਰਬਾਰ ਸਵੇ ਥਾਂ ਨਿਰਧਾਰ ਕਰ, ਸਾਰੇ ਥਾਂ ਨਿਰਣੇ ਕਰ ਕਰ ਦੇਖ ਲਿਆ, ਤੇਰੇ ਦਰਾਰ 'ਚ ਪੈ ਗਿਆ, ਮੌਕੇ ਦੁਆਰ ਤੋਂ ਮੈਨੂੰ ਕਰ ਜੋੜੀ। ਮੁਕਤੀ ਦੇ ਦਾਤੇ ਤੁਹਾਡੇ ਦਰਬਾਰ 'ਚ ਆ ਗਏ, ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਦੇ ਹਾਂ, ਆਪ ਬਖਸ਼ਾਂ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।